ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਰ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਮੌਜੂਦ ਨੇ ਜੋ ਇਸ ਵੇਲੇ ਕੈਨੇਡਾ 'ਚ ਮੌਜੂਦ ਨੇ ਤੇ ਅਸੀਂ ਉੱਥੋਂ ਇਸ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਵਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਸੁਪਰੀਆ ਜੀ ਸੁਖਵਿੰਦਰ ਜੀ ਮੁਜ਼ਾਰਾ ਕਰ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਇਸ ਚਰਚਾ ਨੂੰ ਚਲਦੇ ਚਲਦੇ ਲਾਈਕ ਸ਼ੇਅਰ ਤੇ ਆਪਣੇ ਕਮੈਂਟ ਜ਼ਰੂਰ ਕਰਿਓ ਤਾਂ ਜੋ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲਣਗੇ ਪੰਜਾਬ ਦਾ ਰੁਕਿਆ ਫੰਡ ਜਾਂ ਫਿਰ ਜੋ ਵੀ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਇਹ ਸਭ ਦੇ ਵਿਚਾਲੇ ਜਦੋਂ ਇਹ ਚਰਚਾਵਾਂ ਚੱਲਦੀਆਂ ਕਿ ਸ਼ਾਇਦ ਕੇਂਦਰ ਦੇ ਵਿੱਚ ਲੋਕ ਸਭਾ ਚੋਣਾਂ ਵੀ ਪਹਿਲਾਂ ਹੋ ਸਕਦੀਆਂ ਆ ਜਾਂ ਅਰਵਿੰਦ ਕੇਜਰੀਵਾਲ ਦੀ ਸਿਆਸਤ ਨੂੰ ਕੋਈ ਵੱਡੀ ਸੱਟ ਵੱਜ ਸਕਦੀ ਹੈ ਇਹਦੇ ਉੱਤੇ ਗੱਲਬਾਤ ਪ੍ਰੋਫੈਸਰ ਮੈਂ ਚਾਹਾਂਗਾ ਕਿ ਅਸੀਂ ਅੱਗੇ ਵਧਾਈਏ ਕਿ ਜਿਸ ਤਰੀਕੇ ਨਾਲ 5800 ਕਰੋੜ ਦਾ ਫੰਡ ਜਿਹੜਾ ਆ ਉਹ ਕੇਂਦਰ ਰੋਕੀ ਬੈਠਾ ਪੰਜਾਬ ਦਾ ਪਰ ਉਹ ਤਾਂ ਹਿਸਾਬ ਮੰਗਦੇ ਨੇ ਕਿ ਤੁਸੀਂ ਹਿਸਾਬ ਦਿਓ ਉਸ ਤੋਂ ਬਾਅਦ ਅਸੀਂ ਫੰਡ ਅੱਗੇ ਤੋਰਨ ਦੀ ਗੱਲ ਕਰਾਂਗੇ ਕੀ ਇਹਨੂੰ ਸਿਰਫ ਇੱਕ ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇ ਜਾਂ ਫਿਰ ਜਦੋਂ ਹਸਾਬ ਕਿਤਾਬ ਦੀ ਗੱਲ ਆਉਂਦੀ ਹੈ ਕਿ ਉਹ ਤਾਂ ਦੇਣਾ ਹੀ ਪਊਗਾ ਕੇਂਦਰ ਨੂੰ ਨਿਤਕੇ ਇੱਕ ਪੱਖ ਹੈਗੇ ਆ ਇੱਕ ਪੱਖ ਤਾਂ ਇਹ ਹੈਗਾ ਕਿ ਜਿਹੜਾ ਸੈਂਟਰ ਸਟੇਟ ਰਿਲੇਸ਼ਨ ਦੇ ਵਿੱਚ ਹਮੇਸ਼ਾ ਸ਼ੁਰੂ ਤੋਂ ਰਿਹਾ ਕਿ ਕਿਉਂਕਿ ਪੈਸਿਆਂ ਦੇ ਉੱਤੇ ਜਿਹੜੇ ਸਾਡੇ ਜਿਹਨੂੰ ਕਹਿੰਦੇ ਨੇ ਨਾ ਜਿਹੜਾ ਖਜ਼ਾਨਾ ਹੈਗਾ ਵਾ ਉਹਦੇ ਉੱਤੇ ਹੱਥ ਜਿਹੜਾ ਹੁੰਦਾ ਵਾ ਉਹ ਕੇਂਦਰ ਸਰਕਾਰ ਦਾ ਜ਼ਿਆਦਾ ਹੁੰਦਾ ਵਾ ਔਰ ਪਰਸ ਉਹਦੇ ਕੋਲ ਹੈਗਾ ਵਾ ਤੇ ਉਹ ਸਟੇਟਾਂ ਨੂੰ ਬਹੁਤ ਸਾਰੇ ਹੁੰਦੇ ਆ ਜਿਹੜੇ ਮੱਦਾਂ ਹੁੰਦੀਆਂ ਜਿੰਨਾਂ ਚੋ ਇਹ ਪੈਸੇ ਜਿਹੜੇ ਆ ਉਹ ਸਟੇਟਾਂ ਨੂੰ ਬਣਦੀ ਹੈ ਜਿਹੜਾ ਸਟੇਟਾਂ ਦਾ ਰਾਈਟ ਬਣਦਾ ਇੱਕ ਤਾਂ ਫਾਈਨੈਂਸ ਕਮਿਸ਼ਨ ਥਰੂ ਹੁੰਦਾ ਵਾ ਦੂਸਰਾ ਹੁੰਦਾ ਕਿ ਜਿਹੜੀਆਂ ਸੈਂਟਰਲੀ ਸਪੌਂਸਰਡ ਸਕੀਮਸ ਹੁੰਦੀਆਂ ਵਾਂ ਖਾਸ ਕਰਕੇ ਜਿੱਦਾਂ ਅਸੀਂ ਕਹਿ ਦਈਏ ਕਿ ਐਜੂਕੇਸ਼ਨ ਹੈਗੀ ਆ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਜਾਂ ਦੂਸਰੀ ਐਜੂਕੇਸ਼ਨ ਹੈਗੀ ਆ ਜਾਂ ਸਵੈ ਸਿੱਖਿਆ ਬਿਆਨ ਵਾਲੀ ਗੱਲ ਹੈਗੀ ਆ ਜਾਂ ਨੈਸ਼ਨਲ ਹੈਲਥ ਮਿਸ਼ਨ ਹੈਗਾ ਵਾ ਜਾਂ ਕੋਈ ਰੂਰਲ ਜਿਹੜੀ ਹੈਗੀ ਆ ਆਪਣੀ ਡਿਵੈਲਪਮੈਂਟ ਜਿਹੜੀ ਸਕੀਮ ਹੈਗੀ ਆ ਪਾਣੀ ਜਿਹੜਾ ਲੋਕਾਂ ਨੂੰ ਪੀਣ ਨੂੰ ਦੇਣਾ ਮਾਰ ਸੜਕਾਂ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਮਦਦਾਂ ਹੁੰਦੀਆਂ ਜਿਹਦੇ ਵਿੱਚ ਸੈਂਟਰ ਸਰਕਾਰ ਜਿਹੜੀ ਹੈਗੀ ਆ ਉਹ ਸਟੇਟਾਂ ਨੂੰ ਪੈਸੇ ਦਿੰਦੀ ਆ ਉਹਦਾ ਕਾਰਨ ਇਹ ਹੈ ਕਿ ਇਸ ਵੇਲੇ ਜਿਹੜਾ ਪੈਸੇ ਇਕੱਠੇ ਕਰਨ ਦਾ ਜਿਹੜਾ ਸੈਂਟ੍ਰਲਾਈਜ਼ ਪ੍ਰੋਸੈਸ ਹੈਗਾ ਉਹ ਤੇ ਕੇਂਦਰ ਕੋਈ ਜਾਂਦੇ ਪੈਸੇ ਸਾਰੇ ਪੈਸੇ ਜਿਹੜੇ ਹੁੰਦੇ ਆ ਚਾਹ ਉਹ ਸਿੱਧੇ ਟੈਕਸਾਂ ਦੇ ਆ ਸਿੱਧੇ ਟੈਕਸਾਂ ਦੇ ਸਟੇਟਾਂ ਤਾਂ ਹੁਣ ਟੋਟਲੀ ਉਹਨਾਂ ਦੇ ਰਹਿਮੋਕਰਮ ਤੇ ਰਹਿ ਗਈਆਂ ਫਿਲੋ ਸਿਰ ਟੈਕਸ ਹੁੰਦਾ ਸੀ ਵੈਟ ਹੁੰਦਾ ਸੀਗਾ ਉਹ ਸਟੇਟਾਂ ਕੋ ਪੈਸਾ ਹੁੰਦਾ ਸੀ ਹੁਣ ਜੀਐਸਟੀ ਲੱਗਣ ਦੇ ਨਾਲ ਪੈਸਾ ਉੱਥੇ ਜਾਂਦਾ ਵਾ ਉਥੋਂ ਮੁੜ ਕੇ ਵਾਪਸ ਆਉਂਦਾ ਵਾ ਤੋ ਇਹ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਤੁਸੀਂ ਫੰਡਾਂ ਦੀ ਗੱਲ ਕੀਤੀ ਹੈ ਇਹਦੇ ਵਿੱਚ ਆਪਣਾ ਜਿਹੜਾ ਮੰਡੀ ਦਾ ਜਿਹੜਾ ਕਰਨ ਦਾ ਜਿਹੜਾ ਹੁੰਦਾ ਸੀਗਾ ਫੰਡ ਹੁੰਦਾ ਸੀ ਰੂਰਲ ਡਿਵੈਲਪਮੈਂਟ ਫੰਡ ਸੀਗਾ ਫਿਰ ਉਹਦੇ ਨਾਲ ਨਾਲ ਜਿਹੜਾ ਪੰਜਾਬ ਜਦੋਂ ਪਰਚੇਸ ਕਰਦਾ ਹੈ ਕਣਕ ਦੀ ਕਰਦਾ ਹੈ ਝੋਨੇ ਦੀ ਕਰਦਾ ਹੈ ਜੋ ਸੈਂਟਰਪੂਰ ਨੂੰ ਦਿੰਦਾ ਵਾ ਉਹਦੇ ਵਿੱਚੋਂ ਵੀ ਇਹਨਾਂ ਦਾ ਜਿਹੜਾ ਹੁੰਦਾ ਵਾ ਉਹ ਸ਼ੇਅਰ ਹੁੰਦਾ ਵਾ ਪੈਸੇ ਹੁੰਦੇ ਆ ਔਰ ਉਹ ਉਹਦੀਆਂ ਕੁਝ ਮੱਦਾਂ ਵੀ ਹੁੰਦੀਆਂ ਕਿ ਉਹ ਪੈਸਾ ਤੁਸੀਂ ਕਿੱਥੇ ਲਾਉਣਾ ਹੈ ਇਹ ਗੱਲ ਠੀਕ ਹੈ ਕਿ ਪਿਛਲੀਆਂ ਸਰਕਾਰਾਂ ਨੇ ਉਹ ਜਿਹੜਾ ਫੰਡ ਆਉਂਦਾ ਸੀਗਾ ਉਹਦਾ ਕੋਈ ਹਿਸਾਬ ਕਿਤਾਬ ਨਾ ਰੱਖ ਕੇ ਤੇ ਉਹਦੇ ਵਿੱਚ ਵਰਤਣ ਦੇ ਵਿੱਚ ਬਹੁਤ ਆਪ-ਖੁਦਰਾਪਣ ਕੀਤਾ ਤੁਸੀਂ ਦੇਖਿਆ ਹੋਣਾ ਕਿ ਸਾਡੇ ਮੰਡੀਕਰਨ ਜਿਹੜਾ ਹੈਗਾ ਸਿਸਟਮ ਆ ਉਹ ਵੀ ਸੁਣਿਆ ਜਾਂਦਾ ਵੀ ਉਹਨੂੰ ਗਹਿਣੇ ਪਾ ਕੇ ਜਿਹੜਾ ਖਾਸ ਕਰਕੇ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਸੀਗਾ ਉਹਦੇ ਅਗੇਂਸਟ ਲੋਨ ਲਿਆ ਹੈ ਕਰਜ਼ਾ ਲਿਆ ਹੈ ਉਹਦੀਆਂ ਕਿਸ਼ਤਾਂ ਹੈਗੀਆਂ ਤੇ ਜਿਹੜਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਤੋਂ ਆਉਣਾ ਹੁੰਦਾ ਵਾ ਜਿਵੇਂ ਸੜਕਾਂ ਬਣਨੀਆਂ ਹੁੰਦੀਆਂ ਜਾਂ ਰੂਰਲ ਡਿਵੈਲਪਮੈਂਟ ਹੁੰਦੀ ਆ ਉਹ ਪਿਛਲੇ ਸਮੇਂ ਦੇ ਵਿੱਚ ਕਿਸ ਸਮੇਂ ਸੰਗਦਰਸ਼ਨ ਵਾਲਾ ਕੰਮ ਨਮਾ ਸ਼ੁਰੂ ਕੀਤਾ ਸੀਗਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੀ ਜਿਹੜੀ ਗਵਰਨੈਂਸ ਦੇ ਵਿੱਚ ਮੈਂ ਤੇ ਕਹਿ ਸਕਦਾ ਕਿ ਜਿਹੜੀ ਤਬਾਹੀ ਬਚਾਈ ਹੈਗੀ ਆ ਜਾਂ ਮਿਸ ਗਵਰਨੈਂਸ ਹੋਈ ਆ ਜਾਂ ਜਿਸ ਕਿਸਮ ਦਾ ਜੋ ਖਲਾਰਾ ਪਿਆ ਹੈਗਾ ਵਾ ਜਾਂ ਕਾਉਂਟੇਬਿਲਟੀ ਨਹੀਂ ਹੈਗੀ ਉਹ ਸਾਰਾ ਉਸ ਪਾਸੇ ਵਾਲ ਵਰਤਣਾ ਸ਼ੁਰੂ ਕਰ ਦਿੱਤਾ ਇਸੇ ਤਰੀਕੇ ਦੇ ਨਾਲ ਜਿਹੜਾ ਪੈਸਾ ਉੱਥੋਂ ਆਉਂਦਾ ਸੀਗਾ ਜਿਹੜਾ ਕੈਸ਼ ਕ੍ਰੈਡਿਟ ਲਿਮਿਟ ਬਣਦੀ ਆ ਉਹ ਉਹਦਾ ਬਾਅਦ ਵਿੱਚ ਹਿਸਾਬਕਤਾਬ ਕਰਨਾ ਹੁੰਦਾ ਵਾ ਤੁਸੀਂ ਦੇਖਿਆ ਹੋਣਾ ਕਿ ਉਹਦਾ ਹਿਸਾਬਕਤਾਬ ਕੋਈ ਨਹੀਂ ਦੇਣਾ ਜਾਂ ਆਪਣੇ ਤਰੀਕੇ ਨਾਲ ਖਰਚੇ ਪਾਈ ਜਾਣੇ ਜਾਂ ਉਸ ਕਿਸਮ ਦੀਆਂ ਗੱਲਾਂ ਹੋਣੀਆਂ ਕਿ ਜਿੱਦਾਂ ਜਿਹੜਾ ਖਾਸ ਕਰਕੇ ਠੇਕੇਦਾਰੀ ਸਿਸਟਮ ਹੈਗਾ ਟਰੱਕ ਵਾਲੇ ਹੈਗੇ ਆ ਅੜਤੀਆਂ ਦਾ ਕੰਮ ਹੈਗਾ ਜਾਂ ਹੋਰ ਇਹ ਹੈਗੇ ਕਿ ਸਿਸਟਮ ਮੁਤਾਬਕ ਸਿਸਟਮ ਨਹੀਂ ਚੱਲਿਆ ਇਹ ਡਿਸਫੰਕਸ਼ਨਲ ਹੋਇਆ ਸੀਗਾ ਤੁਹਾਨੂੰ ਯਾਦ ਹੋਊਗਾ ਇਹ ਕਾਲੀਦਾਲ ਨੇ ਜਾਂਦਿਆਂ ਜਾਂਦਿਆਂ ਕੋਈ 30-32 ਹਜ਼ਾਰ ਕਰੋੜ ਰੁਪਈਆ ਜਿਹੜਾ ਸੀਗਾ ਜਿਹੜਾ ਸੈਂਟਰ ਦੇ ਨਾਲ ਰੈਜ਼ੋਲਵ ਕਰਨਾ ਸੀਗਾ ਸੈਂਟਰ ਨੇ ਨਾਲ ਆਪਸੇਲ ਕੱਢਿਆ ਸੀਗਾ ਕਿ ਤੁਸੀਂ ਸਾਡੇ ਕੋਲ ਤੁਹਾਡੇ ਵੱਲ ਇਹ ਵਾਧੂ ਆਏ ਆ ਤੁਸੀਂ ਹਿਸਾਬ ਨਹੀਂ ਦਿੱਤਾ ਉਹਦੇ ਵਿੱਚੋਂ ਕਾਟੇਜ ਦਾ ਹਿਸਾਬ ਜਾਂ ਹੋਰ ਮੰਡੀ ਕਰਨ ਦੇ ਜੋ ਸਾਰੇ ਕੰਮਕਾਰ ਹੁੰਦੀ ਉਹਦਾ ਹਿਸਾਬ ਨਹੀਂ ਦਿੱਤਾ ਤੇ ਉਹਨਾਂ ਜਾਂਦਿਆਂ ਜਾਂਦਿਆਂ ਨੇ ਪਿਓ ਦੇ ਪੁੱਤਾਂ ਨੇ ਸਾਰਾ ਸੀ ਨਾ ਉਹ ਪੰਜਾਬ ਦੇ ਖਾਤੇ 'ਚ ਪਾ ਕੇ ਤੇ ਉਹ ਕਰਜ਼ੇ ਦੀ ਜਿਹੜੇ ਵਿੱਚ ਉਹਨੂੰ ਬਦਲ ਕੇ ਜਿਹੜਾ ਸੀਗਾ ਉਹ ਤੁਸੀਂ ਦੇਖੋਗੇ ਪੰਜਾਬ ਦੇ ਸਿਰ ਮੜ ਦਿੱਤਾ ਤੁਹਾਨੂੰ ਯਾਦ ਹੋਵੇ ਕਿ ਮਨਪ੍ਰੀਤ ਬਾਦਲ ਸਾਹਿਬ ਨੇ ਅਸੈਂਬਲੀ ਦੇ ਵਿੱਚ ਬਹੁਤ ਸ਼ੇਰੋ ਸ਼ੇਰੀ ਅੰਦਾਜ਼ ਚ ਕਿਹਾ ਸੀਗਾ ਕਿ ਮੈਂ ਨੇ ਆ ਹਸਪੀਟਲ ਬਣਾ ਦਿੰਦਾ ਮੈਂ ਸਕੂਲ ਬਣਾ ਦਿੰਦਾ ਮੈਂ ਕਾਲਜ ਬਣਾ ਦਿੰਦਾ ਪੁਆਇੰਟ ਇਹ ਹੈਗਾ ਵਾ ਕਿ ਪੰਜਾਬ ਦੇ ਵਿੱਚ ਤਾਣਾ ਬਾਣਾ ਬੜੀ ਬੁਰੀ ਤਰ੍ਹਾਂ ਜਿਹੜਾ ਵਿਗੜਿਆ ਹੋਇਆ ਸੀਗਾ ਖੱਬੇ ਹੱਥ ਨੂੰ ਪਤਾ ਨਹੀਂ ਸੱਜਾ ਹੱਥ ਕੀ ਕਰ ਰਿਹਾ ਜਿਸ ਕਿਸਮ ਦੀ ਸਾਡੀ ਰਾਜਨੀਤੀ ਹੈਗੀ ਆ ਜਿਸ ਕਿਸਮ ਦੀ ਬਿਊਰੋਕ੍ਰਾਸੀ ਜਿਹੜੀ ਹੈਗੀ ਆ ਉਹ ਹਾਵੀ ਆ ਜਿਹੜਾ ਜਿਸ ਕਿਸਮ ਦੇ ਸਾਡੇ ਰੂਲਰਸ ਹੈਗੇ ਆ ਚਾਹੇ ਉਹ ਐਮਐਲਏ ਸਾਹਿਬ ਹੈਗੇ ਆ ਜਾਂ ਚ ਐਮਪੀ ਸਾਹਿਬ ਹੈਗੇ ਆ ਦੂਸਰੀ ਹੈ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜਿਹੜਾ ਇਹ ਸਾਵਿਕਤਾ ਰੱਖਣਾ ਕਿ ਇਹ ਪੈਸਾ ਜਨਤਾ ਦੀ ਮਾਨਤ ਹੈਗੀ ਆ ਜਨਤਾ ਕੋਲ ਆਵੇ ਤੇ ਉਹ ਪੈਸਾ ਲੱਗੇ ਦੂਸਰੇ ਪਾਸੇ ਹੈਗਾ ਕਿ ਜਿਹੜੀ ਹੁਣ ਕੇਂਦਰ ਸਰਕਾਰ ਤੁਹਾਨੂੰ ਪਤਾ ਕਿ ਸੈਂਟਰ ਸਟੇਟ ਦੇ ਰਿਲੇਸ਼ਨਸ ਅੱਜਕੱਲ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਹੈਗੀਆਂ ਵਾਂ ਉੱਥੇ ਕੇਂਦਰ ਸਰਕਾਰ ਸੰਗੀ ਵੀ ਘੁੱਟਦਾ ਵਾ ਪੈਸੇ ਰੋਕਦਾ ਵੀ ਉਹਦੇ ਵਿੱਚੋਂ ਜਾਂ ਉਹਦੇ ਵਿੱਚੋਂ ਕਈ ਨੁਕਸ ਵੀ ਕੱਢਦਾ ਹੈ ਤੁਹਾਨੂੰ ਪਤਾ ਲੱਗਾ ਹੋਣਾ ਕਿ ਪਿਲੇ ਸਮੇਂ ਦੇ ਵਿੱਚ ਇਹ ਪੰਜਾਬ ਸਰਕਾਰ ਨੇ ਜਿਹੜਾ ਜੋ ਰਿਕੁਆਇਰਡ ਉਹਦੇ ਵਿੱਚ ਚੇਂजेस ਕਰਨੀਆਂ ਸੀਗੀਆਂ ਮੰਡੀ ਬੋਰਡ ਦੇ ਵਿੱਚ ਜਾਂ ਉਸ ਕਿਸਮ ਦਾ ਜਿਹੜਾ ਫੰਡ ਨੂੰ ਯੂਜ਼ ਕਰਨ ਵਾਸਤੇ ਨੇ ਮੱਦਾਂ ਬਣਾਉਣੀ ਸੀ ਬਣਾਵ ਵੀ ਦਿੱਤੀਆਂ ਪਰ ਉਹ ਪੈਸਾ ਫੇਰ ਰੀਲੀਜ਼ ਨਹੀਂ ਹੋਇਆ ਇਹਦੇ ਵਿੱਚ ਰਾਜਨੀਤੀ ਹੈਗੀ ਹੈ ਦੂਸਰੀ ਗੱਲ ਹੈਗੀ ਕਿ ਜਿਸ ਤਰੀਕੇ ਦੇ ਨਾਲ ਸਟੇਟ ਦੀ ਚੁਣੀ ਹੋਈ ਸਰਕਾਰ ਨੂੰ ਰਿਸਪੌਂਸੀਬਲ ਵੇ ਦੇ ਨਾਲ ਆਰਟੀਕੂਲੇਟ ਤਰੀਕੇ ਦੇ ਨਾਲ ਇਹ ਆਪਣਾ ਜਿਹੜਾ ਖਾਸ ਕਰਕੇ ਕਿਹਾ ਜਾਵੇ ਕਿ ਇੱਕ ਵਿਊ ਪੁਆਇੰਟ ਅਗੇ ਰੱਖਣਾ ਸੀਗਾ ਕਿ ਇਹ ਵਿਊ ਪੁਆਇੰਟ ਰੱਖ ਕੇ ਲੋਕਾਂ ਦਾ ਰਾਏ ਆਮ ਆਪਣੇ ਮਗਰ ਲਾਇਆ ਜਾਂਦਾ ਤੇ ਸੈਂਟਰ ਸਟੇਟ ਦੇ ਉੱਤੇ ਸੈਂਟਰ ਗਵਰਨਮੈਂਟ ਦੇ ਉੱਤੇ ਪਾਰ ਪਾਇਆ ਜਾਂਦਾ ਹੁਣ ਇਹ ਜਿਹੜੀਆਂ ਖਾਸ ਕਰਕੇ ਜਿੰਨੀਆਂ ਤਾਕਤਾਂ ਇਸ ਵੇਲੇ ਸੈਂਟਰ ਗਵਰਨਮੈਂਟ ਕੋਲ ਹੈਗੀਆਂ ਸਟੇਟ ਤੋਂ ਉਹਨਾਂ ਦੇ ਸਾਹਮਣੇ ਕੋਈ ਚੀਜ਼ਾਂ ਹੀ ਨਹੀਂ ਹੈਗੀਆਂ ਕਿਸੇ ਬਲੇ ਵੀ ਸੰਗੀ ਮਰੋੜ ਸਕਦੇ ਆ ਤੁਸੀਂ ਦੇਖਿਆ ਹਨ ਪਹਿਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੀ ਕਰਜ਼ੇ ਦੀ ਲਿਮਿਟ ਸੀਗੀ ਉਹ ਨੂੰ ਮੇ ਥੱਲੇ ਪਾਸੇ ਲੈ ਦਿੱਤਾ ਹਰ ਪਾਸੇ ਸਕਵੀਜ਼ ਹੋਇਆ ਉਨੂੰ ਵੀ ਪਤਾ ਹੈਗਾ ਕਿ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਜਿੰਨੀ ਫਰੀ ਵੀਜ਼ ਦੇ ਰਹੇ ਆ ਖਾਸ ਕਰਕੇ ਜਿਹੜੀ ਮਤਲਬ ਖਾਸ ਕਰਕੇ ਇਹ ਜਿਹੜੀ ਨੋਨ ਡਿਸਕ੍ਰਿਮੀਨੇਟਰੀ ਜਿਹੜੀ ਹੈਗੀ ਆ ਫਰੀ ਵੀਜ਼ ਆ ਵੀ ਸਾਰਿਆਂ ਨੂੰ ਆ ਦੇ ਦੋ ਸਾਰੇ ਸਫਰ ਜਿਹੜੇ ਮੁਫਤ ਕਰੀ ਜਾਣ ਲੱਖ ਰੁਪਈਆ ਤਨਖਾਹ ਲੈਣ ਵਾਲਾ ਵੀ ਸਫਰ ਮੁਫਤ ਕਰੀ ਹੋਏ ਤੇ ਜਿਹਦੇ ਘਰ ਦੇ ਵਿੱਚ ਦਸਦਾ ਏਸੀ ਲੱਗਿਆ ਉਹਨੂੰ ਵੀ ਯੂਨਿਟ ਜਿਹੜੇ ਬਿਜਲੀ ਵਾਲੇ ਜਿਹੜੇ ਹੈਗੇ ਆ ਉਹਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਤੇ ਇਹ ਮਿਸ ਮੈਨੇਜਮੈਂਟ ਆ ਤੇ ਦੋਨੋਂ ਪਾਸੇ ਹੈਗਾ ਵਾ ਇੱਕ ਤਾਂ ਕੇਂਦਰ ਸਰਕਾਰ ਦਾ ਰਿਸਪਾਂਸ ਵੀ ਇਹ ਹੈਗਾ ਵਾ ਜਿਸ ਤਰੀਕੇ ਦੇ ਨਾਲ ਸਟੇਟ ਗਵਰਨਮੈਂਟ ਜਿਹੜੀ ਖਾਸ ਕਰਕੇ ਰਾਜਨੀਤੀ ਕਰਦੀ ਆ ਜਾਂ ਜਿਸ ਤਰੀਕੇ ਦੇ ਨਾਲ ਇਥੋਂ ਦਾ ਚੁਣਿਆ ਹੋਇਆ ਮੁਖੀ ਆ ਜਿਹੜਾ ਵਾ ਜਿਹੜੀ ਉਹਦੀ ਭਾਸ਼ਾ ਹੈਗੀ ਆ ਉਹ ਕੋਈ ਸભ્યਤ ਭਾਸ਼ਾ ਵਾਲੀ ਗੱਲ ਤਾਂ ਨਹੀਂ ਹੈਗੀ ਤੇ ਇਸ ਕਰਕੇ ਪੈਸੇ ਤਾਂ ਤੁਹਾਡੇ ਬੰਦੇ ਜਾਣਾ ਤੇ ਤੁਹਾਨੂੰ ਉਹਦੇ ਕੋ ਪੈਣਾ ਹੀ ਇਸੇ ਕਰਕੇ ਵਾਰ-ਵਾਰ ਕਿਹਾ ਜਾਂਦਾ ਵਾ ਕਿ ਠੀਕ ਹੈ ਲੜਾਈ ਪੋਲੀਟੀਕਲ ਲੜੋ ਤੋ ਉਹ ਫਰਜ ਬਣਦਾ ਪਰ ਉਹ ਪ੍ਰੈਟੀਕਲ ਲਾਈਕ ਤੁਸੀਂ ਤਾਂ ਹੀ ਤਕੜੇ ਹੋਗੇ ਜੇ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਨਾ ਜਿਹੜੀ اپوزیشن پارٹیاں ਮੈਂ ਕਹਿੰਦਾ ਵੀ ਉਹ ਬਹੁਤੀ ਸਾਊ ਰੋਲ ਨਹੀਂ ਪਲੇ ਕਰ ਰਹੀਆਂ ਪੋਲਿਟਿਸ ফর ਦਾ ਸੇਕ ਆਫ ਪੋਲਿਟਿਸ ਕਰ ਰਹੀਆਂ ਵਾ ਪਰ ਉਹਨਾਂ ਨੂੰ ਵੀ ਤੁਸੀਂ ਨਾਲ ਲੈ ਕੇ ਜੇ ਚੱਲਣ ਦੀ ਕੋਸ਼ਿਸ਼ ਕਰ ਲਓ ਤੇ ਕੋਈ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤੇ ਉਹਦੇ ਨਾਲ رائے ਆ ਮੈਨਾਂ ਦੇ ਨਾਲ ਹੋਊਗਾ ਥੋੜੇ ਜਾਣਗੇ ਉੱਥੇ ਉਹ ਕਈ ਨੁਕਸ ਕੱਢੀ ਜਾਣਗੇ ਪੈਸੇ ਤਾਂ ਥੋੜੇ ਬਹੁਤੇ ਦੇਣਗੇ ਜਾਂ ਨਹੀਂ ਦੇਣਗੇ ਕਿਦਾਂ ਕਰਨਗੇ ਕੰਡੀਸ਼ਨਸ ਲਾਉਣਗੇ ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਸਰਕਾਰ ਦੀ ਵੀ ਗਵਰਨੈਂਸ ਜਿਹੜੀ ਹੈਗੀ ਉਹ ਸਿਸਟੇਮੈਟਿਕ ਨਹੀਂ ਹੈ। ਇਹ ਗਵਰਨੈਂਸ ਦੇ ਵਿੱਚ ਕੋਈ ਉਸ ਕਿਸਮ ਦਾ ਜਿਹੜਾ ਕੋਈ ਸਟਰੈਟਜੀ ਨਹੀਂ ਹੈ, ਕੋਈ ਪਾਲਿਸੀ ਨਹੀਂ ਹੈ, ਕੋਈ ਪ੍ਰੈਗਮੈਟਿਕ ਜਿਹੜਾ ਉਹਨੇ ਅਪਰੋਚ ਨਹੀਂ ਹੈਗੀ। ਤੁਸੀਂ ਦੇਖੋ ਕਿ ਇੱਕ ਹੀ ਬੰਦਾ ਜਿਹੜਾ ਹੈਗਾ ਬਾਰ-ਬਾਰ ਸਾਰੇ ਪਾਸੇ ਤੁਰਿਆ ਫਿਰਦਾ। ਉਹ ਦੂਸਰੀਆਂ ਸਟੇਟਾਂ ਦੇ ਵਿੱਚ ਪਾਰਟੀ ਨੂੰ ਵੀ ਅੱਗੇ ਜਾ ਕੇ ਵਧਾਉਣਾ ਉੱਥੇ ਜਾ ਕੇ ਇੱਥੇ ਵੀ ਹਰ ਕੰਮ ਆਪ ਕਰਨਾ ਵਾ। ਆਡੇ ਸਟੇਟ ਦੇ ਜਿਹੜੇ ਹੋਰ ਆਪੋਜੀਸ਼ਨ ਪਾਰਟੀਆਂ ਉਹਨਾਂ ਨਾਲ ਵੀ ਲੈਣੇ ਹੈਗੇ ਆ। ਗਵਰਨੈਂਸ ਵੀ ਕਰਨੀ ਆ ਸੈਂਟਰ ਨਾਲ ਵੀ ਲੈਣਾ ਤੋਂ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਪੈਸੇ ਤੁਹਾਡੇ ਪਏ ਆ ਪਰ ਪੈਸੇ ਸਿੱਧਾ ਤੁਸੀਂ ਡਾਂਗ ਨਹੀਂ ਮਾਰੋਗੇ ਉਹਨਾਂ ਨੂੰ ਤੁਹਾਨੂੰ ਇੱਕ ਆਰਗੂਮੈਂਟ ਬਿਲਡ ਕਰਨਾ ਪਊਗਾ ਤੁਹਾਨੂੰ ਕੇਸ ਬਣਾਉਣਾ ਪਊਗਾ ਇਹ ਵੀ ਸੁਣਿਆ ਸੀ ਸੁਪਰੀਮ ਕੋਰਟ ਚੱਲ ਚੱਲ ਜੋ ਸੁਪਰੀਮ ਕੋਰਟ ਦੇ ਵਿੱਚ ਤਰੀਕਾ ਪਾ ਦੇਣਗੇ 2 4 5 ਤਰੀਕੇ 5 6 ਸਾਲ ਖੜ ਜਾਂਦੇ 3 ਸਾਲ ਖੜ ਜਾਂਣਗੇ ਫਿਰ ਤੁਸੀਂ ਤੁਰੇ ਫਿਰ ਉਹਦੇ ਵਿੱਚੋਂ ਸੋ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਜਿਹੜਾ ਸਾਡਾ ਇਹ ਬਣਦਾ ਹੈਗਾ ਇਹਦੇ ਸੈਂਟਰ ਦੀ ਸੰਗੀ ਬਰੋਲਣ ਵਾਸਤੇ ਜਾਂ ਤਾਂ ਹਰਤੇ ਗੋਟਾ ਦੇ ਨਾ ਪੋਲੀਟਿਕਲ ਟਰਮਸ ਗੱਲ ਕਰਦਾ ਤੁਹਾਨੂੰ ਲੋਕਾਂ ਦਾ ਰਾਏ ਆਮਾ ਤੁਹਾਡੇ ਨਾਲ ਬਹੁਤ ਹੋਣਾ ਚਾਹੀਦਾ اپੋਜੀਸ਼ਨ ਪਾਰਟੀਆਂ ਜੇ ਨਹੀਂ ਆਉਂਦੀਆਂ ਤੇ ਉਹਨਾਂ ਨੂੰ ਬੈਕਫੁੱਟ ਤੇ ਲੈ ਕੇ ਜਾਓ ਤੁਸੀਂ ਪਰ ਇਹ ਕੋਈ ਆਰਗੂਮੈਂਟਡ ਤਰੀਕੇ ਨਾਲ ਇਹ ਨਹੀਂ ਹੈਗਾ ਕਿ ਅਸੀਂ ਦਬਕੇ ਮਾਰੋ ਵੀ ਅਸੀਂ ਆਹ ਕਰਦਾਂਗੇ ਸੁਪਰੀਮ ਕੋਰਟ ਚਲ ਜਾਓ ਕਨੇ ਤੁਹਾਨੂੰ ਰੋਕਿਆ ਉਥੇ 20 ਨੁਕਸ ਕੱਢ ਦੇਣਗੇ ਵਕੀਲ ਕਿ ਵੇਖੋ ਜੀ ਆਹ ਇਹਨਾਂ ਨੇ ਹੈਗਾ ਜੀ ਇਹ ਮਦ ਲਈ ਪੈਸੇ ਦਿੱਤੇ ਸੀਗੇ ਕਦੀ ਵੀ ਸਟੇਟਾਂ ਜਿਹੜੀਆਂ ਹੈਗੀਆਂ ਵਾ ਜਿਨੀਆਂ ਕੰਡੀਸ਼ਨਸ ਹੁੰਦੀਆਂ ਟਰਮ ਐਂਡ ਕੰਡੀਸ਼ਨਸ ਉਹਦੇ ਮੁਤਾਬਕ ਸਟੇਟਾਂ ਜਿਹੜੀਆਂ ਹੈਗੀਆਂ ਉਹ ਪੈਸਾ ਸੈਂਟਰ ਦਾ ਨਹੀਂ ਖਰਚ ਸਕਦੀਆਂ ਐਸੇ ਕਰਕੇ ਪੈਸਾ ਵਾਪਸ ਮੁੜ ਜਾਂਦਾ ਪੰਜਾਬ ਚ ਮਨਰੇਗਾ ਕਿਉਂ ਫੇਲ ਹੋਇਆ ਜਾਂ ਮਨਰੇਗੇ ਦੀ ਉਸ ਕਿਸਮ ਦੀ ਜਿਹੜੀ ਹੈਗੀ ਸੀਗੀ ਯੂਟਿਲਾਈਜੇਸ਼ਨ ਕਿਉਂ ਨਹੀਂ ਹੋਈ ਕਿਉਂਕਿ ਇਹ ਸਿਸਟਮ ਇਹthio ਗੌਰ ਕਿਸਮ ਦਾ ਹੈਗਾ ਸੋ ਮੇਰਾ ਕਹਿਣ ਤੋਂ ਬਾਅਦ ਹੈਗਾ ਕਿ ਗਵਰਨੈਂਸ ਜਿਸ ਕਿਸਮ ਦੀ ਹੋਣੀ ਚਾਹੀਦੀ ਆ ਜਾਂ ਜਿਹੜੀ ਸਾਨੂੰ ਆਸ ਸੀਗੀ ਜਾਂ ਜਿਸ ਕਿਸਮ ਦਾ ਤੁਹਾਡੇ ਕੋ ਇੱਕ ਆਰਗੂਮੈਂਟ ਹੋਣਾ ਚਾਹੀਦਾ ਸਰਕਾਰ ਦੇ ਕੋ ਉਹ ਮਿਸਿੰਗ ਲੱਗਦਾ ਇਸੇ ਕਰਕੇ ਫਿਰ ਮਜਬੂਰੀ ਹੈਗੀ ਆ ਜਾਣਾ ਪੈਣਾ ਵਾ ਉਹਨਾਂ ਪੈਸਿਆਂ ਤੋਂ ਬਿਨਾ ਸਰਨਾ ਨਹੀਂਗਾ ਕੱਲ ਨੂੰ ਜੇ ਹੋਰ ਗਰਾਂਟਾਂ ਬੰਦ ਹੁੰਦੀਆਂ ਜਾਂ ਫੰਡ ਨਹੀਂ ਰੀਲੀਜ਼ ਹੁੰਦੇ ਤੇ ਇਹਨਾਂ ਨੇ ਜਿਨੇ ਲੋਕਾਂ ਨਾਲ ਵਾਅਦੇ ਕੀਤੇ ਆ ਜਾਂ ਜਿਨ੍ਹਾਂ ਇਹਨਾਂ ਨੇ ਖਰਚਾ ਵਧਾ ਲਿਆ ਹੈ ਜਾਂ ਜਿਸ ਕਿਸਮ ਦੀਆਂ ਇਹਨਾਂ ਦੀਆਂ ਹੋਰ ਕਮਿਟਮੈਂਟਸ ਹੈਗੀਆਂ ਵਾ ਤੇ ਹੌਲੀ-ਹੌਲੀ ਜੇ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਤੇ ਸਰਕਾਰ ਦੀ ਲੈਸਟੀ ਮੈਸੇਜ ਤੇ ਜਿਹੜੀ ਉਹ ਕ੍ਰਾਈਸਿਸ ਦੇ ਉੱਤੇ ਹੈਗੀ ਹੈਗੀ ਆ ਜੋ ਕਿ ਸਰਕਾਰ ਦੇ ਜਾਂ ਪਾਰਟੀ ਦੇ ਇਹਦਾ ਬਾਹਰ ਪੈਰ ਲਾਉਂਦੇ ਫਿਰਦੀ ਇੱਥੇ ਪੈਰ ਜਿਹੜੇ ਹੈਗੇ ਆ ਉਹ ਜ਼ਮੀਨ ਤੇ ਨਹੀਂ ਹੈਗੇ। ਤੋਂ ਇਸ ਕਰਕੇ ਇਹਨਾਂ ਲਈ ਡਿਸਟੈਂਸ਼ੀਅਲ ਕ੍ਰਾਈਸਿਸ ਜਿਹੜਾ ਹੈਗਾ ਵਾ ਸਰਕਾਰ ਲਈ ਵੀ ਹੋਊਗਾ ਪਾਰਟੀ ਲਈ ਵੀ ਹੋਊਗਾ ਔਰ ਆਲਟੀਮੇਟਲੀ ਜੇ ਇਸ ਕਿਸਮ ਦੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਜਿਹੜਾ ਵਿਸਾਤ ਜਾਂ ਜਿਹੜਾ ਜਾਲ ਭਾਜੇਪੀ ਜਿਹੜੀ ਖਿਡਾਰੀ ਫਿਰਦੀ ਆ ਤੋਂ ਆਟੋਮੈਟਿਕਲੀ ਉਹਦੇ ਵਿੱਚ ਟ੍ਰੈਪ ਹੋਣ ਦੀ ਪੋਸਿਬਿਲਿਟੀ ਬਹੁਤ ਵੱਧ ਸਕਦੀ ਆ। ਲਗਾਤਾਰ ਭਾਜਪਾ ਪ੍ਰੋਫੈਸਰ ਇਹ ਹੀ ਗੱਲ ਕਹਿੰਦੀ ਹੈ ਜਿਹੜੀ ਵੀ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਹੁੰਦੀ ਉਹ ਕਹਿੰਦੇ ਕਿ ਡਬਲ ਇੰਜਨ ਦੀ ਸਰਕਾਰ ਬਣਾ ਦਿਓ ਮੁੱਖ ਮੰਤਰੀ ਸਾਹਿਬ ਪਹਿਲਾਂ ਗ੍ਰਹਿ ਮੰਤਰੀ ਸਾਹਿਬ ਅਮਿਚਿਆ ਨੂੰ ਮਿਲ ਕੇ ਆਏ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪੰਜਾਬ 'ਚ ਕੇਂਦਰੀ ਫੋਰਸ ਲੱਗੀ ਜੋ ਵਰਤਾਰਾ ਵਾਪਰਿਆ ਤੇ ਉਹ ਬਹੁਤ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਅੱਜ ਵੀ ਕੇਂਦਰੀ ਫੋਰਸ ਪੰਜਾਬ ਦੇ ਵਿੱਚ ਹੀ ਆ ਤੇ ਉਹ ਤੇ ਦੂਜੇ ਪਾਸੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਮਿਲੇ ਮੁਹਾਲੀ ਨੂੰ ਲੈ ਕੇ ਚਰਚਾ ਕੀਤੀ ਕਿ ਇਹਨੂੰ ਸਮਾਰਟ ਸਿਟੀ ਬਣਾਉਣਾ ਜਾਂ ਪੰਜਾਬ ਦੀਆਂ ਸੜਕਾਂ ਲੈ ਕੇ ਅੱਗੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਉਹਨੂੰ ਲੈ ਕੇ ਕਿਸਾਨਾਂ ਦੇ ਨਾਲ ਟਕਸਲ ਚੱਲ ਰਿਹਾ ਹੋ ਸਕਦਾ ਹੈ ਕਿ ਉਹਨੂੰ ਰੱਦ ਕੀਤਾ ਜਾ ਸਕਦਾ ਹੈ ਜਿਸ ਵੀ ਢੰਗ ਦੀ ਗੱਲਬਾਤ ਹੈ ਤੇ ਜੇ ਉਹਨੂੰ ਮੋਦੀ ਸਾਹਿਬ ਨੂੰ ਮਿਲਣਗੇ ਤਾਂ ਕਈ ਵਾਰੀ ਇਹ ਗੱਲ ਹੁੰਦੀ ਹੈ ਕਈ ਲੋਕ ਇਸ ਗੱਲ ਦੀ ਸਲਾਹ ਦਿੰਦੇ ਨੇ ਜਿਵੇਂ ਹੁਣ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ 25 ਸਾਲ ਦਾ ਵਿਜ਼ਨ ਲੈ ਕੇ ਤੁਰਨ ਆਇਆ ਤਿਉ 25 ਸਾਲ ਦਾ ਵਿਜ਼ਨ ਜੇ ਕਿਤੇ ਕਹਿੰਦੇ ਆਪਣੀਆਂ ਜਿਹੜੀਆਂ ਮਤਲਬ ਕਿ ਆਪਣੇ ਆਮਦਨ ਦੇ ਸਰੋਤ ਪੈਦਾ ਕਰ ਲਏ ਜਾਣ ਉਹ ਜੇ ਪੰਜਾਬ ਦੇ ਵਿੱਚ ਜਾਂ ਫਿਰ ਇਸ ਢੰਗ ਦਾ ਨਿਵੇਸ਼ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜਿਹਦੇ ਨਾਲ ਜਿਹੜਾ ਪੰਜਾਬ ਦੀ ਆਰਥਿਕਤਾ ਨੂੰ ਹਲਾਰਾ ਮਿਲੇ ਇਹ ਕਿੱਥੋਂ ਤੱਕ ਸੰਭਵ ਹੈ ਡਬਲ ਇੰਜਨ ਸਰਕਾਰ ਦਾ ਹੋਣਾ ਤੇ ਦੂਜੇ ਪਾਸੇ ਇਹਨਾਂ ਵੱਲੋਂ ਹੋੜਪੋੜ ਕਰਨਾ ਦੇਖੋ ਇਹ ਡਬਲ ਇੰਜਨ ਦਾ ਜਿਹੜਾ ਨਾਰਾ ਹੈ ਨਾ ਇਹ ਇਹਨਾਂ ਨੇ ਬੀਜੇਪੀ ਨੇ ਮੋਦੀ ਸਾਹਿਬ ਨੇ ਇਵਾਲਵ ਕੀਤਾ ਇਸ ਦੇਸ਼ ਦੇ ਵਿੱਚ ਡਬਲ ਇੰਜਨ ਸਰਕਾਰ ਦਾ ਕਹਿਣ ਦਾ ਮਤਲਬ ਹੈਗਾ ਕਿ ਤੁਸੀਂ ਟੋਟਲ ਸੈਂਟਰਲਾਈਜੇਸ਼ਨ ਚਾਹੁੰਦੇ ਜੋ ਤੁਸੀਂ ਟੋਟਲੀ ਅਥਾਰਟੀਟੇਰੀਅਨ ਰਜਿਮ ਚਾਹੁੰਦੇ ਜੋ ਸਾਡੀ ਇੰਨੀ ਡਾਇਵਰਸਿਟੀ ਹੈਗੀ ਆ ਇਹਨੇ ਸਾਡੇ ਵੱਖਰੇਵੇਂ ਹੈਗੇ ਆ ਤਰਾਤਲ ਦੇ ਤੌਰ ਦੇ ਉੱਤੇ ਜਲਵਾਯੂ ਦੇ ਤੌਰ ਦੇ ਉੱਤੇ ਫਸਲਾਂ ਦੇ ਤੌਰ ਦੇ ਉੱਤੇ ਲੋਕਾਂ ਦੇ ਸਵਾਦ ਦੇ ਤੌਰ ਦੇ ਉੱਤੇ ਲੋਕਾਂ ਦੇ ਇਤਿਹਾਸ ਦੇ ਤੌਰ ਦੇ ਉੱਤੇ ਲੋਕਾਂ ਦੇ ਖਾਣ ਪੀਣ ਦੇ ਜਿਹੜਾ ਹੈਗਾ ਇਹ ਰਹਿਣ ਸਹਿਣ ਦੇ ਤਰੀਕਿਆਂ ਦੇ ਤੌਰ ਦੇ ਉੱਤੇ ਤੇ ਡਬਲ ਇੰਜਰ ਦਾ ਇਹਦੇ ਵਿੱਚ ਤੋਂ ਮਕਸਦ ਹੀ ਨਹੀਂ ਕੋਈ ਬਣਦਾ ਉਹਦੇ ਵਿੱਚੋਂ ਸੋ ਇਹ ਤਾਂ ਜਿਹੜੇ ਟਰਮ ਕੋਇਨ ਕੀਤੀ ਹੈ ਖਾਸ ਕਰਕੇ ਜਿਹੜੇ ਹਿੰਦੀ ਹਾਰਟਲੈਂਡ ਵਾਟਸਪ ਜਾਂ ਜਿਹਨੂੰ ਇੱਕੇ ਸਮੇਂ ਚ ਬਿਮਾਰੂ ਸਟੇਟ ਹੁੰਦੀਆਂ ਸੀਗੀਆਂ ਬੈਕਵਰਡ ਸਟੇਟ ਹੁੰਦੀਆਂ ਸੀਗੀਆਂ ਜਿੱਥੇ ਇਸ ਕਿਸਮ ਦਾ ਜਿਹੜਾ ਕਮਿਊਨਲਿਜ਼ਮ ਦਾ ਏਜੰਡਾ ਹੈਗਾ ਵਾ ਜਾਂ ਇਸ ਕਿਸਮ ਦਾ ਜਿਹੜਾ ਮੈਜੋਰਿਟੀਅਨ ਏਜੰਡਾ ਜਿਹੜਾ ਹੈਗਾ ਉਹਦੇ ਉੱਤੇ ਚੱਲਦਾ ਹੈ ਪੰਜਾਬ ਨੇ ਕਦੀ ਵੀ ਇਸ ਚੀਜ਼ ਨੂੰ ਅਕਸੈਪਟ ਨਹੀਂ ਕੀਤਾ ਪੰਜਾਬ ਨੇ ਹਮੇਸ਼ਾ ਹੀ ਰਿਸਿਸਟ ਕੀਤਾ ਹੈ ਹੁਣੇ ਕੀਤਾ ਸਦੀਆਂ ਤੋਂ ਪੰਜਾਬ ਇਸ ਕਿਸਮ ਦੇ ਏਜੰਡੇ ਨੂੰ ਮੁਗਲਾਂ ਦੇ ਵੇਲੇ ਤੋਂ ਕਰਦੇ ਰਹਿ ਅੰਗਰੇਜ਼ਾਂ ਦੇ ਵੇਲੇ ਕਰਦੇ ਰਹਿ ਹੈ ਉਹ ਤੋਂ ਬਾਅਦ ਵੀ ਕਰਦੇ ਰਹਿ ਪਤ ਪੰਜਾਬ ਦੇ ਲੋਕ ਤਾਂ ਹੁਣ ਵੀ ਕਰਨ ਦੇ ਉਹਦੇ ਵਿੱਚੋਂ ਉਸ ਤਰੀਕੇ ਨਾਲ ਕਰਕੇ ਸਿਰ ਡਬਲ ਇੰਜਨ ਵਾਲਾ ਜਿਹੜਾ ਜਿਹੜਾ ਸਿਸਟਮ ਹੈਗਾ ਨਾ ਇਹ ਬਹੁਤ ਡੇਂਜਰਸ ਸਿਸਟਮ ਹੈਗਾ ਉਹਦਾ ਮਾਈਵੇ ਜਾਂ ਹਾਈਵੇ ਵਾਲੀ ਜਿਹੜੀ ਆ ਵਿਚਾਰਧਾਰਾ ਹੈ ਅਡਿਆਲੋਜੀ ਹੈ ਜਿਹੜੀ ਬੀਜੇਪੀ ਇਹ ਕਰ ਰਹੀ ਹੈ ਕਹਿਣ ਤੋਂ ਪਾਵੇਗਾ ਕਿ ਇਹ ਅਸੀਂ ਦੇਖਣਾ ਸਾਡੇ ਚੁਣਿਆ ਹੋਇਆ ਨਮਾਇਦਿਆ ਨੇ ਦੇਖਣਾ ਕਿ ਅਸੀਂ ਇਸ ਸਟੇਟ ਨੂੰ ਜਿਹੜਾ ਜਿਹੜਾ ਢਾਂਚਾ ਗੱਤ ਕ੍ਰਾਈਸਿਸ ਦੇ ਵਿੱਚ ਹੈਗਾ ਕਿਉਂਕਿ ਇਹਨਾਂ ਲੋਕਾਂ ਨੂੰ ਪਾਵਰ ਇਸ ਕਰਕੇ ਦਿੱਤੀ ਗਈ ਸੀ ਲੋਕਾਂ ਦਾ ਦੂਸਰੇ ਤੋਂ ਵਿਸ਼ਵਾਸ ਛੁੱਟ ਗਿਆ ਸੀਗਾ ਕਰਜ਼ਾ ਇੰਨਾ ਚੜਾ ਦਿੱਤਾ ਕਰਪਸ਼ਨ ਇੰਨੀ ਜ਼ਿਆਦਾ ਆ ਗਈ ਆ ਭਾਈ ਭਤੀਜਾਵਾਦ ਇੰਨਾ ਆ ਗਿਆ ਵਾ ਗੁੰਡਾਗਰਦੀ ਇੰਨਾ ਆ ਗਈ ਆ ਲੋਕਾਂ ਨੂੰ ਇਹ ਬੁਲੰਦ ਤੱਕ ਇਹ ਨਹੀਂ ਦਿੰਦੇ ਉਹਦੇ ਵਿੱਚੋਂ ਲੋਕਾਂ ਨਾਲ ਵੱਖਰੇ ਆ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ ਪਰਵਾਹ ਹੀ ਨਹੀਂ ਕਰਦੇ ਉਹਦੇ ਵਿੱਚੋਂ ਜੋ ਮਰਜ਼ੀ ਕਹਿੰਦੇ ਫਿਰ ਉਹ ਤਾਂ ਹੀ ਤੇ ਇਹ ਲੋਕ ਇਹਦੇ ਵਿੱਚ ਆਏ ਨੇ ਇਹ ਇਨਰੀ ਜ਼ਿੰਮੇਵਾਰੀ ਬਣਦੀ ਸੀ ਕਿ ਕਿਸੀਂ ਇਸ ਬਦਲਾਅ ਦੇ ਵਿੱਚੋਂ ਲੋਕਾਂ ਦੀ ਐਸਪੀਰੇਸ਼ਨਸ ਨੂੰ ਸਾਹਮਣੇ ਰੱਖ ਕੇ ਕੋਈ ਇਦਾਂ ਦਾ ਮੈਕੈਨਿਜ਼ਮ ਐਵਾਲਵ ਕਰੇ ਕਿ ਜੇ ਕੋਈ ਡਬਲ ਇੰਜਣ ਕਿੰਦਾ ਟਰिपल ਇੰਜਣ ਕਿੰਦਾ ਉਹਦਾ ਮੂੰਹ ਜਿਹੜਾ ਹੈਗਾ ਸੀਗਾ ਦੰਦ ਜਿਹੜੇ ਉਹਦੇ ਖੱਟੇ ਕੀਤੇ ਜਾਣ ਉਹ ਤਾਂ ਤਾਂ ਹੀ ਹੈਗੀ ਆ ਨਾ ਤੁਹਾਡੇ ਕੋ ਆਪਣਾ ਵਿਜ਼ਨ ਹੋਵੇ ਵਿਜ਼ਨ ਤਾਂ ਤੁਸੀਂ 100 ਸਾਲ ਦਾ ਬਣਾ ਲਓ ਮੋਦੀ ਸਾਹਿਬ ਨੇ ਬਣਾਇਆ ਹੁਣ ਇਹ ਬਣਾਉਣ ਦੇ ਆ ਹੂੰ ਜਦੋਂ ਐਸੇ ਕਰਕੇ ਸੰਦ ਲੱਗਦਾ ਵੀ ਤੁਸੀਂ 5 ਸਾਲਾਂ ਦਾ ਜਿ ਬਣਾਉਂਦੇ ਤੁਹਾਡਾ 1 ਸਾਲ ਦਾ ਤਾਂ ਵਿਜ਼ਨ ਹੈ ਨਹੀਂ ਤੁਹਾਡੇ ਕੋਲ 25 ਸਾਲਾਂ ਤੋਂ ਹੀ ਇਹ ਤਾਂ ਮਲੇ ਦਾ ਇਹ ਫੈਸਲਾ ਨਹੀਂ ਬਣ ਗਿਆ ਜਿਹੜਾ ਮਰਜ਼ੀ ਉੱਠ ਕੇ ਕਿਹੜਾ ਕਿਹੜਾ ਇਹਨਾਂ ਦੇ ਜਿਹੜਾ ਹੈਗਾ ਲੋਕਾਂ 'ਚ ਸਰਕੂਲੇਟ ਕੀਤਾ ਕਿ ਇਹਨਾਂ ਨੇ ਲੋਕਾਂ ਕੋਲ ਫੀਡਬੈਕ ਲਈ ਹੈ ਕਿ ਪੰਜਾਬ ਦੇ ਇੰਨੇ ਵੱਡੇ ਕੌਨਸਲਟ ਬੈਠੇ ਆ ਕਿ ਉਹ ਜਿਉ ਨਾਲ ਹੋਗੇ ਸੀ ਐਸੋਸੀਏਟ ਕੀ ਇਹਨਾਂ ਨੇ ਪਬਲਿਕ ਡੋਮੇਨ ਦੇ ਵਿੱਚ ਉਹਨਾਂ ਲੋਕਾਂ ਦੇ ਥੀਵਿਊਜ਼ ਲੈਂਦੇ ਆ ਮੈਂ ਇਹ ਗੱਲ ਕਹੂੰਗਾ ਕਿ ਬਹੁਤ ਵੱਡੇ ਵੀ ਜਿਹੜੇ ਹੈਗੇ ਉਹ ਉਹਨਾਂ ਲੋਕਾਂ ਦੀ ਵੀ ਲੋੜ ਨਹੀਂ ਤੁਸੀਂ ਸਧਾਰਨ ਲੋਕਾਂ ਕੋਲ ਪਹੁੰਚ ਜਾਓ ਤੁਸੀਂ ਲੋਕਾਂ ਨੂੰ ਪੁੱਛੋ ਭਾਈ ਇੱਕ ਸਾਲ ਨੂੰ ਤੈਨੂੰ ਕੀ ਚਾਹੀਦਾ ਪੰਜ ਸਾਲਾਂ ਨੂੰ ਕੀ ਚਾਹੀਦਾ 10 ਸਾਲਾਂ ਨੂੰ ਕੀ ਚਾਹੀਦਾ 25 ਸਾਲਾਂ ਨੂੰ ਕੀ ਚਾਹੀਦਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਛ ਲਓ ਉਹ ਤੁਹਾਨੂੰ ਦੱਸ ਦੇਣਗੇ ਉਹਦੇ ਵਿੱਚੋਂ ਕੱਢ ਲਓ ਕੀ ਇਹਨਾਂ ਨੇ ਉਹ ਕੰਮ ਕੀਤਾ ਮੈਨੂੰ ਨਹੀਂ ਲੱਗਦਾ ਇਦਾਂ ਦਾ ਕੰਮ ਕੀਤਾ ਹੈਗਾ ਇਹਨਾਂ ਦੇ ਕੋਣ ਐਡਵਾਈਜ਼ਰ ਹੋ ਆਹ ਮਾਮਲੇ 'ਚ ਉਹ ਫੈਸ਼ਨ ਬਣ ਗਿਆ ਕਿ ਜੇ ਮੋਦੀ ਨੇ ਕੀਤਾ ਵਾ ਤੇ ਇਹਦਾ ਮਤਲਬ ਹੈਗਾ ਵੀ ਅਸੀਂ ਵੀ ਉਹੀ ਕੰਮ ਕਰਨਾ ਜਿਹੜਾ ਉਹਨੇ ਮੋਦੀ ਸਾਹਿਬ ਨੇ ਕੀਤਾ ਵਾ ਅਸੀਂ 25 ਸਾਲਾਂ ਦਾ ਵਿਦਿਅਨ ਲੈ ਕੇ ਲੈਂਦਾ ਦੇ ਵਿੱਚੋਂ ਇਹਨਾਂ ਨੂੰ ਪੁੱਛੋ 25 ਸਾਲਾਂ 'ਚ ਐਗਰੀਕਲਚਰ ਗਰੋਥ ਕਿੰਨੀ ਹੋਊਗੀ ਇੰਡਸਟਰੀਅਲ ਗਰੋਥ ਕਿੰਨੀ ਹੋਊਗੀ 5 ਸਾਲਾਂ ਦੇ ਨਾਲ ਪਾਕਿਸਤਾਨ ਨਾਲ ਸਾਡੇ ਰਿਲੇਸ਼ਨਸ਼ਿਪ ਕਿੱਦਾਂ ਦੇ ਹੋਣਗੇ 5 ਸਾਲਾਂ 'ਚ ਗਲੋਬਲ ਸਿਚੁਏਸ਼ਨ ਕਿੱਦਾਂ ਦੀ ਹੋਊਗੀ ਕਲਾਈਮੇਟ ਚੇਂਜ ਕਿੱਦਾਂ ਦੀ ਹੋਊਗੀ ਪੰਜਾਬ ਤਾਂ ਇੱਕ 1.5% ਆਫ ਦਾ ਟੋਟਲ ਏਰੀਆ ਹੈਗਾ ਵਾ ਕੰਟਰੀ ਦਾ ਔਰ ਐਗਰੀਕਲਚਰ ਤੁਸੀਂ ਆਪਾਂ ਸਭ ਨੂੰ ਪਤਾ ਕਿ ਬਹੁਤ ਵੱਡਾ ਢਾਂਚਾਗਤ ਸਮੱਸਿਆ ਹੈਗਾ ਸਾਡੀ ਪਾਣੀ ਦੀ ਸਮੱਸਿਆ ਹੈਗੀ ਆ ਸਭ ਤੋਂ ਵੱਡੀ ਗੱਲ ਹੈਗੀ ਕਿ ਇੱਥੋਂ ਡੈਮੋਗ੍ਰਾਫਿਕ ਸਿਸਟਮ ਚੇਂਜ ਹੋ ਰਿਹਾ ਲੋਕੀ ਹੌਲੀ-ਹੌਲੀ ਇੱਥੋਂ ਬਾਹਰਲੇ ਪਾਸੇ ਵੱਲ ਤੁਰੇ ਜਾਣ ਲੱਗੇ ਕਿ ਉਹਦਾ ਵਿਜ਼ਨ ਹੈਗਾ ਇਹਨਾਂ ਦਾ ਮੈਂ ਤੇ ਇਹ ਕੀ ਕਹਿਣਾ ਕਿ ਅਗਲੇ 5 ਸਾਲਾਂ ਤੱਕ ਇਹ ਕਹਿੰਦੇ ਵੀ ਅਸੀਂ ਜਿਹੜੀ ਇਨਵੌਲੰਟਰੀ ਮਾਈਗ੍ਰੇਸ਼ਨ ਹੋ ਰਹੀ ਹੈ ਦੋ ਕਿਸਮ ਦੀ ਮਾਈਗ੍ਰੇਸ਼ਨ ਵੀ ਸੁਖਿੰਦਰ ਜੀ ਇੱਕ ਉਹਦੀ ਵੌਲੰਟਰੀ ਆਪਣੀ ਮਰਜ਼ੀ ਦੇ ਨਾਲ ਇੱਕ ਇਨਵੌਲੰਟਰੀ ਹੈਗੀ ਆ ਜਿਹੜੇ ਦਬਾਅ ਥਲੇ ਜਾਣ ਡੇ ਆ ਬੱਚੇ ਕਿਉਂ ਜਾਣ ਡੇ ਆ ਇੱਥੇ ਭੁੱਖ ਨਹੀਂ ਹੈਗਾ ਹੂੰ ਚੰਗੇ ਖਾਂਦੇ ਪਿੰਦੇ ਕਿਉਂ ਜਾਣ ਡੇ ਆ ਕਿ ਲੈਂਡ ਆਰਡਰ ਠੀਕ ਨਹੀਂ ਹੈਗਾ ਇੱਥੇ ਹੈ ਦੂਸਰੇ ਇਸ ਕਰਕੇ ਜਾਣ ਡੇ ਆ ਕੋ ਹੈਲਪਲੈਸ ਮਹਿਸੂਸ ਕਰਨ ਡੇ ਇਹਨਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਸੀਗਾ ਕਿ ਇੱਕ ਮਾਈਗ੍ਰੇਸ਼ਨ ਕਮਿਸ਼ਨ ਬਣਾਉਂਦੇ ਉਹਦੇ ਕਾਉਸਸ ਦਾ ਪਤਾ ਕਰਦੇ ਜੇ ਇਹਨਾਂ 5 ਸਾਲੇ ਸਾਹਮਣੇ ਰੱਖਣਾ ਹੈਗਾ 5 ਸਾਲ ਦੀ ਜਿਹੜੀ ਪਲੈਨਿੰਗ ਹੈਗੀ ਉਹ ਮਨੁੱਖੀ ਪਲੈਨਿੰਗ ਹੋਣੀ ਚਾਹੀਦੀ ਆ ਹਿਊਮਨ ਡਿਵੈਲਪਮੈਂਟ ਦੀ ਹੋਣੀ ਚਾਹੀਦੀ ਆ ਹੂੰ ਕੀ ਉਹਦੇ ਬਾਰੇ ਇਹਨਾਂ ਨੇ ਇਹ ਅੰਦਾਜ਼ਾ ਲਾਇਆ ਕਿ ਪਿਛਲੇ 5 ਸਾਲਾਂ ਦੇ ਵਿੱਚ ਕਿਸ ਕਿਸਮ ਦੀ ਟਰਾਂਸਫਰਮੇਸ਼ਨ ਆਈ ਆ ਹੂੰ ਜਾਂ ਪਿਛਲੇ 10 ਸਾਲਾਂ ਦੇ ਕਿਸ ਕਿਸਮ ਦੀ ਟਰਾਂਸਫਰਮੇਸ਼ਨ ਆਈ ਆ ਜਾਂ ਇਹ ਮਾਈਗ੍ਰੇਸ਼ਨ ਦੇ ਰੀਜ਼ਨ ਜਿਹੜੇ ਹੈਗੇ ਕੋਈ ਤਾਂ ਸੈਂਟੀਫਿਕਲੀ ਐਮਪੀਰੀਕਲੀ ਇਹ ਕੰਮ ਕੀਤਾ ਉਹਦੇ ਵਿੱਚ ਨਹੀਂ ਕੀਤਾ ਕਾਰਨ ਕੀ ਹੈਗਾ ਕਿ ਵੀ ਇਸ ਦਾ ਪੋਲਿਟਿਕਲ ਵਿਜ਼ਨ ਵਿਜ਼ਨ ਤੇ ਇਹਨਾਂ ਨੂੰ ਅਗਲੀਆਂ ਇਲੈਕਸ਼ਨਾਂ ਦਾ ਹੈ ਹੈ ਵਿਜ਼ਨ ਤੇ ਹੈਗਾ ਵੀ ਕਿਦਾਂ ਜਲੰਧਰ ਦੀ ਇਲੈਕਸ਼ਨ ਕਿਦਾਂ ਜਿਹੜੀ ਆ ਵੀ ਕਿਦਾਂ ਬੰਦੇ ਫੜ ਕੇ ਨਾਲ ਲਾਉਣੇ ਆ ਵਿਜ਼ਨ ਤੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੈਗੀਆਂ ਜੋ ਪਿੰਡਾਂ ਦੇ ਵਿੱਚੋਂ ਸਰਪੰਚ ਆ ਜੋ ਦੂਰਾਤੀ ਹੈਗਾ ਦੋ ਕਾ ਮਾਰ ਕੇ ਉਹਨੂੰ ਪਹਿਲਾਂ ਕਹਿੰਦੇ ਨੀਲੀ ਪੱਗ ਬਧੀ ਹੈਗੇ ਨੇ ਚਿੱਟੀ ਪੱਗ ਬਧੀ ਉਹਦੇ ਗੱਲ 'ਚ ਹੁਣ ਪੀੜੇ ਪਰਣਾ ਪਾ ਰਹੇ ਆ ਉਹਨਾਂ ਨੂੰ ਜਾ ਕੇ ਪੁੱਛੋ ਤੁਸੀਂ ਪੀੜੇ ਪਰਣੇ ਵਾਲਿਆਂ ਨੂੰ ਸਾਡੇ ਪਿੰਡ 'ਚ ਕੋਈ ਬੰਦੇ ਦੇ ਪਾਸੇ ਆ ਮੈਂ ਦੱਸਿਆ ਵੀ ਇਹਨੂੰ ਜਾਣਦੇ ਹੋ ਜ ਤੁਸੀਂ ਕੌਣ ਆ ਵੀ ਇਹ ਕਿਹੜੀ ਪਾਰਟੀ ਦੀ ਵਿਚਾਰਧਾਰਾ ਰੱਖੀ ਸੀ ਇਹ ਕਦੋਂ ਆਈ ਨਹੀਂ ਜੀ ਇਹ ਇਹ ਤਾਂ ਸਾਨੂੰ ਤਾਂ ਪਤਾ ਨਹੀਂ ਹੁਣ ਉਹ ਅੱਜ ਕੱਲ ਇਹਦਾ ਹੈਗਾ ਜੀ ਭਗਵੰਤ ਮਾਨ ਦਾ ਜਿਹੜਾ ਜ਼ੋਰ ਚੱਲਣ ਡਿਆ ਵਾ ਲੋਕਾਂ ਨੂੰ ਤੇ ਇਹਨਾਂ ਨੇ ਖੇਡ ਬਣਾਈਆਂ ਲੋਕਾਂ ਨੇ ਤੇ ਫੁੱਟਬਾਲ ਬਣਾਇਆ ਵਾ ਅਕਾਲੀਆਂ ਨੇ ਵੀ ਬਣਾਇਆ ਸੀ ਕਾਂਗਰਸੀਆਂ ਬਣਾਏ ਇਹ ਇਹ ਵੀ ਉਸੇ ਰਾਹ ਪੈ ਗਏ ਉਹਦੇ ਵਿੱਚੋਂ ਤੇ ਇਸ ਕਰਕੇ ਪਲਾਨ ਬਣਾਉਣ ਦਾ ਕੁਝ ਨਹੀਂ ਹੁੰਦਾ ਇਹ ਸਿਰਫ ਇੱਕ ਸਾਲ ਦੀ ਪਲਾਨ ਬਣਾ ਕੇ 10 ਮਹੀਨੇ ਦੀ ਬਣਾ ਕੇ ਇਹ ਕਹਿੰਦੇ ਆ ਆਹ ਪਲਾਨ ਬਣਾਈ ਆ ਸਾਰਾ ਜੋਰ ਲਾ ਕੇ ਪੰਜਾਬ ਦੀ ਗ੍ਰੋਥ ਵਾਸਤੇ ਮੈਂ ਡਵੈਲਪਮੈਂਟ ਤੇ ਖਰਬਾ ਚਾਉਣੀ ਆ ਉਹਦੇ ਵਾਸਤੇ ਅਸੀਂ ਆਹ ਸਾਰਾ ਜੋਰ ਲਾ ਦਾਂਗੇ ਅਰ ਸਰਸਸ ਲਾ ਦਾਂਗੇ ਆ ਅਸੀਂ ਆਪਣੀ ਸਾਰੀ એનર્ਜੀ ਲਾ ਦਾਂਗੇ ਆ ਲੋਕਾਂ ਨੂੰ ਨਾਲ ਲਾਵਾਂਗੇ ਫਸਲੀ ਚੱਕਰ ਲਿਆਉਣ ਵਾਸਤੇ ਤੇ ਇਹਨਾਂ ਦੇ ਪੱਲੇ ਕੱਖ ਨਹੀਂਗਾ 6 ਮਹੀਨਿਆਂ ਵਾਸਤੇ ਉਹਦੇ ਵਿੱਚ ਇਹਨਾਂ ਦੀ ਬਾਹ ਬਾਹ ਹੋ ਜਾਂਦੀ ਆ ਹੈ ਤੇ 5 ਸਾਲਾਂ ਦਾ ਜਿਹੜਾ ਪ੍ਰੋਜੈਕਟ ਹੈਗਾ ਵਾ ਉਹ ਤਾਂ ਹਾਸੋ ਹੀਣੀ ਗੱਲ ਆ ਠੀਕ ਆ ਕਿ ਸਮੇਂ ਸੋ ਵੀਰ ਸਿੰਘ ਬਾਦਲ ਨੇ ਵੀ ਕਿਹਾ ਸੀਗਾ ਵੀ ਅਸੀਂ ਜਿਹੜਾ ਇੱਕ ਵਾਰ ਜਿੱਤੇ ਸੀਗੇ ਇਹ ਉਹ ਜੀ ਅਸੀਂ ਉਹ ਠੀਕ ਹੈ 2012 ਦੇ ਵਿੱਚ ਕੁਝ ਕਾਰਨ ਸੀਗੇ ਜਿੰਨਾ ਕਰਕੇ ਉਹ ਜਿੱਤ ਗਏ ਔਰ ਹੁਣ ਦੇਖੋ ਹੁਣ ਦਾ ਕੀ ਹਾਲ ਹੋਇਆ ਤੇ ਜੇ ਅਗਲੀ ਇਲੈਕਸ਼ਨ ਵੀ ਕਾਲੀਤਲ ਹਾਰ ਜਾਂਦਾ ਕੋਈ ਵੀ ਰੀਜਨਲ ਪਾਰਟੀ ਜੇ ਤਿੰਨ ਇਲੈਕਸ਼ਨਾਂ ਹਾਰ ਜਾਂਦੀ ਆ ਤੇ ਉਹਦੀ ਜਿਹੜੀ ਐਗਜ਼ਿਸਟੈਂਸ ਹੁੰਦੀ ਆ ਉਹ ਖਤਰੇ 'ਚ ਹੋ ਜਾਂਦੀ ਆ ਤਾਂ ਇਸ ਕਰਕੇ ਪਲਾਨ ਤੁਸੀਂ ਜਿੰਨੀ ਮਰਜ਼ੀ ਬਣਾ ਲਓ ਕਾਗਜ਼ਾਂ ਦੀ ਬਣਾਉਣੀ ਆ ਲੋਕਾਂ ਨੂੰ ਦੇਣੀ ਆ ਪਰ ਹੁਣ ਲੋਕਾਂ ਦਾ ਇਹ ਤਾਂ ਢਿੱਡ ਨਹੀਂ ਪਰਦਾ ਸਭ ਤੋਂ ਚੰਗੀ ਗੱਲ ਇਹ ਹੈਗੀ ਆ ਲੋਕੀ ਕਹਿੰਦੇ ਤੁਸੀਂ ਕੀਤਾ ਕੀ ਆ ਜਿੰਨਾ ਕਿ ਕੀਤਾ ਹੁੰਦਾ ਕਹਿੰਦੇ ਵੀ ਉਹ ਜਿਹੜਾ ਉਹ ਤੇ ਤੁਸੀਂ ਕਰਨਾ ਸੀ ਹੋਰ ਕੀ ਕਰੋਗੇ ਹੁਣ ਲੋਕਾਂ ਨੇ ਇਹ ਪਤਾ ਲੱਗ ਗਿਆ ਵੀ ਇਹ ਆਪਣੇ ਘਰੋਂ ਨਹੀਂ ਕਰਨ ਦਾ ਇਸ ਸਾਡੀ ਕਿਰਪਾ ਦੇ ਨਾਲ ਸਜੇ ਆਏ ਲੋਕਾਂ ਦੀ ਕਿਰਪਾ ਦੇ ਨਾਲ ਹੀ ਜਿਹੜੇ ਹੈਗੇ ਆ ਨਾ ਇਹ ਸਾਰਾ ਤਾਮ-ਜਾਮ ਤਾਣਾ-ਬਾਣਾ ਦੂਸਰਾ ਤੀਸਰਾ ਜਿਹੜਾ ਸਾਰਾ ਉਹਦੇ ਵਿੱਚ ਹੋਗਾ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਲਟਰਨੇਟਿਵ ਪੰਜਾਬ ਦੇ ਵਿੱਚ ਬਹੁਤ ਵੱਡਾ ਸਕੋਪ ਹੈਗਾ ਇੱਕ ਦੁਬਾਰਾ ਆਲਟਰਨੇਟਿਵ ਰਾਜਨੀਤੀ ਦਾ ਇਹ ਆਲਟਰਨੇਟਿਵ ਪਾਵਰ ਜਿੱਦ ਹੌਲੀ-ਹੌਲੀ ਆਏ ਤੇ ਇਸ ਤਰੀਕੇ ਨਾਲ ਵੀ ਆਲਟਰਨੇਟਿਵ ਰਾਜਨੀਤੀ ਲੈ ਕੇ ਆਵਾਂਗੇ ਇਹ ਆਲਟਰਨੇਟਿਵ ਪਾਵਰ ਵਾਲੇ ਪਾਸੇ ਹਾਲ ਤੁਰ ਪਏ ਉਹੀ ਤਾਮ-ਜਾਮ ਉਹੀ ਸਾਰਾ ਸਿਸਟਮ ਉਹੀ ਗੱਡੀਆਂ ਹੈ ਉਹੀ ਬੰਦੇ ਉਹੀ ਕੰਮਕਾਰ ਇੱਕ ਸਾਲ ਦੇ ਅਗਲੇ ਸਾਲਾਂ 'ਚ ਬਹੁਤ ਜ਼ਿਆਦਾ ਡੀਜਨਰੇਸ਼ਨ ਹੋਣੀ ਆ ਇਹਨਾਂ ਦਾ ਖਲਾਰਾ ਹੈ ਕਹਿਣਾ ਤੇ ਵੈਸੇ ਰਾਜਨੀਤੀ ਚ ਕਿਹਾ ਨਹੀਂ ਜਾ ਸਕਦਾ ਪਰ ਜਿਹੜਾ ਸਾਨੂੰ ਸਮਝਾਉਂਦੀ ਥੱਲੇ ਬੈਠਿਆਂ ਨੂੰ ਇਹ ਖਲਾਰਾ ਉਹ ਪੈਣਾ ਵਾ ਕਿ ਇਹ ਇਹਨਾਂ ਕੋਲ ਸੁਭਾਲਿਆ ਹੀ ਨਹੀਂ ਜਾਣਾ। ਤੋਂ ਇਸ ਕਰਕੇ ਉਹ 25 ਸਾਲ ਦਾ ਬਣਾ ਲੈਣ 20 ਸਾਲ ਦਾ ਬਣਾ ਲੈਣ ਠੀਕ ਆ ਹੈ ਖਿਆਲ ਅੱਛਾ ਹੈ ਗਾਲਬ ਦਿਲ ਬਹਲਾਣੇ ਕੇ ਲਈ। ਪਰ ਸਭ ਇੱਕ ਹੋਰ ਗੱਲ ਹੈ ਜਿਵੇਂ ਮੈਂ ਮੋਢੇ ਦੇ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਤੇ ਜਿਵੇਂ ਨਵੀਂ ਪਾਰਲੀਮੈਂਟ ਬਣਾ ਕੇ ਉੱਚ ਸੀਟਾਂ ਦਾ ਵਾਧਾ ਕੀਤਾ ਗਿਆ ਉਹਨੂੰ ਲੈ ਕੇ ਵੀ ਚਰਚਾਵਾਂ ਹੁੰਦੀਆਂ ਰਹੀਆਂ ਕਿ ਜੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਸੀਟਾਂ ਵਧਦੀਆਂ ਨੇ ਜੇ ਪੰਜਾਬ 'ਚ ਵਧਣ ਗਿਆ ਤਾਂ ਡੈਮੋਗ੍ਰਾਫਿਕ ਕਿਸ ਤਰੀਕੇ ਦੇ ਨਾਲ ਉਹਨੂੰ ਬਦਲਿਆ ਜਾਏਗਾ ਜਾਂ ਕੀ ਉਹਦੇ ਵਿੱਚ ਕਿਵੇਂ ਜੋੜ ਤੋੜ ਦੀ ਸਿਆਸਤ ਜਾਂ ਉਹਨੂੰ ਕਿਵੇਂ ਦੇਖਿਆ ਜਾਏਗਾ ਤੇ ਨਾਲ ਉਹਨਾਂ ਨਾਲ ਇਹ ਵੀ ਗੱਲ ਹੈ ਕਿ ਜੇ ਇਹਨਾਂ ਹਾਲਾਤਾਂ ਦੇ ਵਿਚਾਰੇ ਹੀ ਜਿਵੇਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਘੋੜਾ ਭਜਾਇਆ ਪੂਰੇ ਮੁਲਕ ਦੇ ਵਿੱਚ ਤੇ ਜੇ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਦਿੱਲੀ ਵਾਲੇ ਐਕਸਾਈਜ਼ ਘਟਾਲੇ ਜਾਂ ਕੁਝ ਹੋਰ ਢੰਗ ਦੇ ਨਾਲ ਉਹਨਾਂ ਨੂੰ ਕੀ ਉਹ ਮਤਲਬ ਕਿ ਗ੍ਰਿਫਤਾਰੀ ਜਿਹੜੀ ਹੈ ਉਹਨਾਂ ਨੂੰ ਹੋਰ ਵੱਡਾ ਕਰਨ ਖਾਤਰ ਹੋਏਗੀ ਵੱਡਾ ਵਿਰੋਧੀ ਧਿਰ ਬਣਾਉਣ ਦੇ ਖਾਤਰ ਹੋਏਗੀ ਜਾਂ ਫਿਰ ਇਹ ਵੀ ਕਿਸੇ ਹੋਰ ਸਟਰੈਟਜੀ ਦਾ ਹਿੱਸਾ ਹੋ ਸਕਦਾ ਅਸਲ 'ਚ ਨਾ ਇਹ 2001 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸੋਧ ਹੋਈ ਸੀ ਵਾਜਪਾਈ ਸਾਹਿਬ ਉਦੋਂ ਪ੍ਰਧਾਨ ਮੰਤਰੀ ਸੀਗੇ ਐਨ.ਡੀ. ਚੰਦਰਬਾਬੂ ਲੈਡੋ ਸਾਹਿਬ ਜਿਹੜੇ ਸੀ ਉਹ ਐਨ.ਡੀ.ਏ ਦੇ ਕਨਵੀਨਰ ਸੀਗੇ ਅਸਲ ਦੇ ਵਿੱਚ ਉਹ ਫੈਸਲਾ ਹੋਇਆ ਸੀਗਾ ਕਿ 25 ਸਾਲ ਤੱਕ ਅਸੀਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਜਾਂ ਥੱਲੇ ਵਿਧਾਨ ਸਭਾ ਦੇ ਵਿੱਚ ਇਹ ਸੀਟਾਂ ਨਹੀਂ ਵਧਾਵਾਂਗੇ ਤਾਂ ਕਾਰਨ ਇਹ ਸੀਗਾ ਕਿ ਜਿਹੜੇ ਲੋਅਰ ਹਾਊਸ ਹੁੰਦਾ ਵਾ ਪਾਰਲੀਮੈਂਟ ਦਾ ਜਾਂ ਵਿਧਾਨ ਸਭਾ ਦਾ ਉਹਦੇ ਵਿੱਚ ਜਿਹੜੀ ਗਿਣਤੀ ਹੁੰਦੀ ਆ ਉਹ ਆਬਾਦੀ ਦੇ ਹਿਸਾਬ ਦੇ ਨਾਲ ਜਿਹੜੀ ਉਹ ਤੈਅ ਕੀਤੀ ਜਾਂਦੀ ਹੈ ਉਹਨਾਂ ਨੂੰ ਹੀ ਲੱਗਦਾ ਸੀ ਕਿ ਜਿਹੜੀਆਂ ਸਾਡੀਆਂ ਸਦਰਨ ਸਟੇਟਸ ਹੈਗੀਆਂ ਵਾਂ ਜਿੱਥੇ ਖਾਸ ਕਰਕੇ ਮਹਾਰਾਸ਼ਟਰ ਤੋਂ ਥੱਲੇ ਪਾਸੇ ਹਰ ਵੀ ਅਸੀਂ ਤਾਂ ਇਥੇ ਹਿਊਮਨ ਡਿਵੈਲਪਮੈਂਟ ਕਰਕੇ ਸਾਡੀ ਪਾਪੂਲੇਸ਼ਨ ਜਿਹੜੀ ਹੈਗੀ ਗ੍ਰੋਥ ਘਟ ਗਈ ਆ ਹੁਣ ਆਬਾਦੀ ਠੀਕ ਆ ਸੀ ਜੋ ਮਰਜੀ ਸਾਡੇ ਧਾਰਮਿਕ ਦੂਸਰੇ ਹੋਣ ਵਿਚਾਰ ਪੇ ਉਹ ਜੋ ਵੀ ਕੁਝ ਅਸੀਂ ਕਹਿ ਲਈਏ ਪਰ ਆਬਾਦੀ ਦਾ ਵਾਧਾ ਜਾਂ ਘਾਟਾ ਜਿਹੜਾ ਹੈਗਾ ਵਾ ਉਹ ਹਿਊਮਨ ਡਿਵੈਲਪਮੈਂਟ ਦੇ ਨਾਲ ਜਾਂ ਹਿਊਮਨ ਜਿਹੜਾ ਇੰਡੈਕਸ ਵਾ ਉਹਦੇ ਨਾਲ ਰਿਲੇਟਡ ਹੈਗਾ ਜਿੰਨੀ ਜ਼ਿਆਦਾ ਗਰੀਬੀ ਹੋਊਗੀ ਜਿੰਨੀ ਜ਼ਿਆਦਾ ਅਨਪੜਤਾ ਹੋਊਗੀ ਜਿੰਨੀ ਜ਼ਿਆਦਾ ਬੇਕਾਰੀ ਹੋਊਗੀ ਉਨੀ ਹੀ ਜ਼ਿਆਦਾ ਆਬਾਦੀ ਦਾ ਵੱਡਾ ਨੰਬਰ ਹੋਗਾ ਜਿੱਥੇ ਜਿੱਥੇ ਹਿਊਮਨ ਡਿਵੈਲਪਮੈਂਟ ਇੰਡੈਕਸ ਉੱਤੇ ਹੋਊਗਾ ਉੱਥੇ ਪਾਪੂਲੇਸ਼ਨ ਕੱਢੂਗੀ ਇੰਡੀਆ ਦੇ ਜਿਹੜੇ 4-5 ਸਟੇਟਸ ਸੀ ਥੱਲੇ ਵਾਲੇ ਕਿਉਂਕਿ ਉਹ ਐਨਡੀਏ ਦੇ ਨਾਲ ਸੀ ਕਾਂਗਰਸ ਦੇ ਖਿਲਾਫ ਸੀਗੇ ਉਹਨਾਂ ਨੇ ਉਹਦੇ ਵਿੱਚ ਇਹ ਇੱਕ ਬਣਾਇਆ ਸੀ ਐਮੈਂਡਮੈਂਟ ਹੋਈ ਸੀਗੀ ਕਿ 2026 ਤੱਕ ਜਿਹੜੀਆਂ ਉਹ ਨਹੀਂ ਇਹ ਬਹੁਤ ਵੱਡਾ ਮੁੱਦਾ ਬਣਨ ਵਾਲਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ ਵਾ ਇਹ ਪੋਲੀਟੀਕਲ ਮੁੱਦਾ ਹੋਊਗਾ ਕਵਾਈਟ ਲਾਈਕਲੀ ਕਿ ਇਹ ਮੁੱਦਾ ਬੀਜੇਪੀ ਨੂੰ ਹਿੱਟ ਕਰੂਗਾ 2024 ਦੀਆਂ ਚੋਣਾਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਸਿਸਟਮ ਬਣਾਇਆ ਗਿਆ ਹੈ ਹੁਣ ਇਹ ਕਿਹੜਾ ਉਹਦੇ ਉੱਤੇ ਕਮਿਸ਼ਨ ਬਣਦਾ ਹੈ ਕਿ ਪਾਪੂਲੇਸ਼ਨ ਦੇ ਹਿਸਾਬ ਨਾਲ ਦਿੰਦੇ ਫਿਰ ਸਾਰੀਆਂ ਸੀਟਾਂ ਜਿਹੜੀਆਂ ਉਹ ਯੂਪੀ ਲੈ ਚਲੂਗਾ ਕਿਉਂਕਿ 1/5th ਦੇ ਕਰੀਬ ਉਹਦੀ ਪਾਪੂਲੇਸ਼ਨ ਹੈਗੀ ਆ ਤੇ ਜੇ 700 ਸੀਟ ਬਣਦੀ ਤਾਂ ਉਹdੀਆਂ ਦੇ 120 ਸੀਟਾਂ ਕੱਲੇ ਯੂਪੀ ਦੀਆਂ ਹੋ ਜਾਣਗੀਆਂ ਉਹ ਜਿਹੜੀਆਂ ਬਿਹਾਰ ਦੀਆਂ ਹੋ ਜਾਣਗੀਆਂ ਉਹਦੇ ਵਿੱਚੋਂ ਜਿਹੜੀਆਂ ਆਪਣਾ ਦੂਸਰਾ ਏ ਬੰਗਾਲ ਦੀਆਂ ਵੱਜ ਜਾਣਗੀਆਂ ਨਾਰਥ-ਈਸਟ ਦੀਆਂ ਘਟਨੀਆਂ ਸ਼ੁਰੂ ਹੋ ਜਾਣਗੀਆਂ ਸਦਰਥ ਸਟੇਟ ਦੀਆਂ ਘਟ ਜਾਣਗੀਆਂ ਪੰਜਾਬ ਦੀਆਂ ਘਟਣਗੀਆਂ ਹਰਿਆਣਾ ਹਮਾਚਲ ਇਹਨਾਂ ਸਟੇਟਾਂ ਦੀਆਂ ਘਟਣਗੀਆਂ ਪੋਲੀਟੀਕਲੀ ਇਰੈਲੇਵੈਂਟ ਹੋਣਗੇ ਉਹ ਬਹੁਤ ਵੱਡੀ ਬਹਿਸ ਦਾ ਇੱਕ ਮਸਲਾ ਹੈਗਾ ਉਹ ਬਹੁਤ ਵੱਡਾ ਇਸ਼ੂ ਬਣਨ ਜਾ ਰਿਹਾ ਹੈ ਔਰ ਉਹਦੇ ਵਿੱਚੋਂ ਸਾਊਥ ਤੇ ਨੌਥ ਦੀ ਡਿਵਾਈਡ ਹੋਣੀ ਹੋਣੀ ਆ ਜਿੱਦਾਂ ਸਾਊਥ ਇੰਡੀਆ ਜਿਹੜਾ ਹੈਗਾ ਵਾ ਉਹਦੇ ਵਿੱਚ ਖਾਸ ਕਰਕੇ ਜਿਹਨੇ ਰਜਿਸਟੈਂਸ ਉਹ ਹਿੰਦੀ ਜਿਹੜੀ ਇਹ ਆਪਣੇ ਖਾਸ ਕਰਕੇ ਜਿਹੜੀ ਹੈਗੀ ਡੋਮੀਨੈਂਸ ਨੂੰ ਰਜਿਸਟਰ ਕਰਦੇ ਆ ਮੈਨੂੰ ਲੱਗਦਾ ਵੀ ਕਰਨਾਟਕਾ ਚ ਬੀਜੇਪੀ ਦੇ ਹਾਰਨ ਦੇ ਨਾਲ ਜਿਹੜਾ ਇਹ ਮੁੱਦਾ ਜਿਹੜਾ ਹੈਗਾ ਵਾ ਬੀਜੇਪੀ ਲਈ ਇਹਨਾਂ ਸੌਖਾ ਨਹੀਂ ਹੋਊਗਾ ਇਹ ਕਾਫੀ ਚੈਲੈਂਜਿੰਗ ਹੋਊਗਾ ਪਰ ਉਹ ਠੀਕ ਆ ਕਿ ਵਧਣੀ ਚਾਹੀਦੀ ਹੈ ਜੇ ਤਾਂ ਉਸੇ ਪ੍ਰੋਪੋਰਸ਼ਨੇਟ ਨਾਲ ਬਤਾਉਂਦੇ ਆ ਜਿੱਦਿ ਇਹ ਇਹ ਹੈਗੀ ਆ ਜਾਂ ਸਟੇਟਾਂ ਦੇ ਤੌਰ ਤੇ ਬਤਾਉਂਦੇ ਆ ਫੇਰ ਤਾਂ ਗੱਲ ਹੋਰ ਆ ਕੋਈ ਨਾ ਕੋਈ ਸਾਨੂੰ ਵਿਅਟ ਲੱਭਣਾ ਪਊਗਾ ਜੇ ਪਿਓਰਲੀ ਪਿਓਰ ਦਿਓਸ ਤਰੀਕੇ ਨਾਲ ਬਦਾਇਆ ਤਾਂ ਦੋਹੀਆਂ ਸਟੇਟਾਂ ਜਿਹੜੀਆਂ ਹੈਗੀਆਂ ਉਹ ਮਾਰਜੀਨਲਾਈਜ਼ ਹੋ ਜਾਣਗੀਆਂ ਉਦੇ ਨਾਲ ਪੁਆੜੇ ਬਹੁਤ ਪੈਣਗੇ। ਉਹਦੇ ਨਾਲ ਸਮੱਸਿਆ ਬਹੁਤ ਉੱਠੂਗੀ। ਉਹਦੇ ਨਾਲ ਜਿਹੜਾ ਹੈਗਾ ਕਨਫਲਿਕਟ ਬਹੁਤ ਵਧਣਗੇ। ਉਹਦੇ ਨਾਲ ਪੋਲੀਟੀਕਲ ਜਿਹੜੀ ਡਿਸਟ्रेस ਜਿਹੜੀ ਆ ਉਹ ਵੱਧ ਸਕਦੀ ਆ ਜੇ ਸਾਰਿਆਂ ਨੂੰ ਹੀ ਨਾਲ ਲੈ ਕੇ ਉਹਦੇ ਉੱਤੇ ਫੈਸਲਾ ਨਾ ਕੀਤਾ। ਇਹ ਸਾਰਾ ਕੁਝ ਸੁਗੰਦਰਜੀ ਡਿਪੈਂਡ ਕਰਦਾ ਕਿ ਜਿਹੜੀਆਂ 2024 ਦੇ ਵਿੱਚ ਜਾਂ 2023 ਤੁਸੀਂ ਕਹ ਰਹੇ ਮੈਨੂੰ ਨਹੀਂ ਲੱਗਦਾ ਬੀਜੇਪੀ ਪ੍ਰੀਪੋਨ ਕਰੂਗੀ ਇਲੈਕਸ਼ਨਸ ਕਿਉਂਕਿ ਇਹ ਐਕਸਪੈਰੀਮੈਂਟ ਇੱਕ ਵਾਰੀ ਇੰਦਰਾ ਗਾਂਧੀ ਨੇ ਵੀ 1977 ਦੇ ਵਿੱਚ ਕਰਕੇ ਦੇਖਿਆ ਸੀਗਾ। ਉਨੂੰ ਵਿੱਚ ਥੋੜੀ ਬਹੁਤੀ ਗਲਤਫਹਿਮੀ ਹੋ ਗਈ ਸੀਗੀ ਕਿ ਹੁਣ ਮੈਂ ਬਹੁਤ ਪਪੂਲਰ ਹਾਂ ਹੁਣ ਸਾਰੇ ਲੋਕ ਮੇਰੇ ਵਾਲੇ ਪਾਸੇ ਆ ਜਾਣਗੇ ਮੈਨੂੰ ਜਾਪਦਾ ਕਿ ਭਾਜੀਪੀ ਦੇ ਵੀ ਹਾਲਾਤ ਉਸੇ ਤਰੀਕੇ ਦੇ ਨਾਲ ਉਸ ਬਣਦੇ ਜਾਂਦੇ ਆ ਇਹ ਨਰਿੰਦਰ ਮੋਦੀ ਦੇ ਉੱਤੇ ਜਿਹੜਾ ਖਾਸ ਕਰਕੇ ਪਾਰਟੀ ਦੇ ਵਿੱਚ ਵੀ ਹੁਣ ਉਹ ਜਿਸ ਕਿਸਮ ਦਾ ਪਹਿਲਾਂ ਬਲਾਈਂਡ ਫੇਥ ਹੁੰਦਾ ਸੀਗਾ ਕਿ ਇਹ ਸਾਨੂੰ ਜਿਤਾ ਸਕਦੇ ਆ ਸਟੇਟਾਂ ਜਿਤਾ ਸਕਦੇ ਆ ਸੈਂਟਰ ਜਿਤਾ ਸਕਦੇ ਆ ਉਹ ਥੋੜਾ ਬਹੁਤਾ ਕਿਤੇ ਨਾ ਕਿਤੇ ਉਹਦੇ ਉੱਤੇ ਜਿਹੜਾ ਲੋਕਾਂ ਨੂੰ ਸੋਚਣ ਦੇ ਉੱਤੇ ਜਿਹੜਾ ਉਹ ਮਜਬੂਰ ਕੀਤਾ ਗਿਆ ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਜੇ ਕਿਉਂਕਿ ਦੂਸਰੀਆਂ ਸਟੇਟਾਂ ਦੀ ਇਲੈਕਸ਼ਨ ਮਧਿਆ ਪ੍ਰਦੇਸ਼ ਦੀ ਆ ਛੱਤੀਸਗੜ੍ਹ ਦੀ ਆ ਰਾਜਸਥਾਨ ਦੀ ਆ ਦੂਹਰੀਆਂ ਦੀਆਂ ਪਹਿਲਾਂ ਹੋਣੀਆਂ ਜੇ ਇੱਥੇ ਬੀਜੇਪੀ ਹਾਰਦੀ ਆ ਤੇ ਫਿਰ ਜਿਹੜੀਆਂ ਅਗਲੀਆਂ 24 ਇਲੈਕਸ਼ਨਸ ਹੋਣੀਆਂ ਵਾ ਉਹ ਬੀਜੇਪੀ ਲਈ ਬਹੁਤ ਵੱਡਾ ਚੈਲੰਜ ਹੋਊਗਾ ਬੀਜੇਪੀ ਲਈ ਉਹ ਪੀਕ ਸੀਗਾ ਇਹ ਗੱਲ ਮੰਨ ਕੇ ਚੱਲਣੀ ਪਊਗੀ ਕਿ ਜੇ ਉਹ ਨਾ ਇਨਸੀਡੈਂਟ ਹੋਇਆ ਹੁੰਦਾ ਜਿਹੜਾ ਪਲਵਾਮਾ ਚ ਹੋਇਆ ਸੀਗਾ 2019 ਦੇ ਵਿੱਚ ਤੇ ਬੀਜੇਪੀ 200 ਤੋਂ ਨਹੀਂ ਸੀ ਟੱਪਦੇ। ਬੀਜੇਪੀ ਦਾ ਉਹ ਪਹਿਲਵਾਂ ਮਾ ਤੋਂ ਪਹਿਲੋ ਜਿਹੜਾ ਲੋਕਾਂ ਦਾ ਜਿਹੜਾ ਰਿਸਪਾਂਸ ਸੀਗਾ 올ਟ ਕੈਦਰ ਡਿਫਰੈਂਸ ਸੀਗਾ। ਉਸ ਤੋਂ ਬਾਅਦ ਆਣ ਕੇ ਇੱਕਦਮ ਲੋਕਾਂ ਨੇ ਜਿਹੜਾ ਹੈਗਾ ਸੀਗਾ ਆਪਣੀ ਚੁਆਇਸ ਬਦਲ ਲਈ। ਔਰ ਉਹ ਬਦਲ ਦੇ ਨਾਲ ਜਿਹੜਾ ਸੀਗਾ ਜਿਹੜਾ ਹੈਗਾ ਸੀ ਉਹ ਇੰਨਾ ਵੱਡਾ ਮੈਕਸਿਮਮ ਮਿਲਿਆ। ਉਸ ਤੋਂ ਬਾਅਦ ਬਹੁਤ ਸਮੱਸਿਆ ਆਈ ਜਿੰਨੀ ਮਾਰਜਨਲਾਈਜੇਸ਼ਨ ਹੋਈ ਆ। ਕਿਸਾਨੀ ਇਸ ਵੇਲੇ ਇਹਨਾਂ ਦੇ ਸਭ ਤੋਂ ਅਗੇਸਟ ਹੈਗੀ ਆ। 45% ਕਿਸਾਨ ਜਿਹੜੇ ਆ ਇਹ ਸਟੇਟ ਆਫ ਦਾ ਨੇਸ਼ਨ ਸਰਵੇ ਦੇ ਵਿੱਚ ਆਇਆ ਕਿ 45% ਆਫ ਦਾ ਟੋਟਲ ਪੀਜ਼ੈਂਟ ਜਿਹੜੇ ਆ ਦੇਰ ਸਟਰੋਂਗਲੀ ਡਿਸਸੈਟੀਸਫਾਈਡ ਸਟਰੋਂਗਲੀ ਮੈਂ ਵਰਡ ਯੂਜ਼ ਕਰਦਾ ਔਰ ਟੋਟਲੀ ਡਿਸਸੈਟੀਸਫੈਕਸ਼ਨ ਦਾ ਨੰਬਰ ਜਿਹੜਾ ਹੈਗਾ ਮੋਰ ਥੈਨ 2/3 ਆਫ ਦਾ ਟੋਟਲ ਜਿਹੜੇ ਪੀਜ਼ੈਂਟਸ ਹੈਗੇ ਆ ਜਿਨ੍ਹਾਂ ਦੀ ਘੱਟੋ ਘੱਟ ਵੱਡੀ ਗਲਤੀ ਹੈਗੀ ਆ ਜਿਹੜੀ ਖਾਸ ਕਰਕੇ ਇਹ ਵੋਟਾਂ ਦੇ ਵਿੱਚ ਸੋ ਮੇਰਾ ਕਹਿਣ ਤੋਂ ਬਾਅਦ ਹੈ ਉਹ ਪ੍ਰੋਸ ਕੌਂਸ ਦੇਖਣਗੇ ਔਰ ਇਹ ਵੀ ਦੇਖਣਗੇ ਕਿ ਇਹਨੂੰ ਪ੍ਰੀਪੋਨ ਕਰਨਾ ਹੈ ਕਿ ਨਹੀਂ ਕਰਨਾ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਇਨਾ ਵੱਡਾ ਜਿਹੜਾ ਹੈਗਾ ਵਾ ਇਹ ਰਿਸਕ ਲਾਊਗੀ ਕਿ ਇਹਨੂੰ ਪ੍ਰੀਪੋਨ ਕਰਕੇ ਇਲੈਕਸ਼ਨਸ ਕਰਾਈਆਂ ਜਾਣ ਔਰ ਇਲੈਕਸ਼ਨ ਕਰਾਉਣ ਤੋਂ ਬਾਅਦ ਜਿਹੜਾ ਹੈਗਾ ਸੀ ਉਹਨੂੰ ਰਿਸਪਾਂਸ ਵੀ ਉਦਾਂ ਦਾ ਮਿਲੇ ਜਿੰਦਾਂ ਦਾ ਰਿਸਪਾਂਸ ਪਹਿਲਾਂ ਸੀ ਮਗਿਆਈ ਬਹੁਤ ਵੱਡਾ ਮੁੱਦਾ ਹੈਗਾ ਕਮਿਊਨਲਾਈਜੇਸ਼ਨ ਬਹੁਤ ਵੱਡਾ ਮੁੱਦਾ ਬਣ ਗਿਆ ਔਰ ਜਿਸ ਤਰੀਕੇ ਨਾਲ ਬ੍ਰਿਜ ਪੂਸ਼ਨ ਸਿੰਘ ਵਾਲਾ ਖਾਸ ਕਰਕੇ ਇਹ ਜਿਹੜਾ ਮੁੱਦਾ ਹੈਗਾ ਵਾ ਔਰ ਜਿਸ ਤਰੀਕੇ ਨਾਲ ਗਵਰਨਮੈਂਟ ਨੇ ਉਹਦੀ ਬੈਕ ਦੇ ਉੱਤੇ ਆਈ ਆ ਇਹ ਐਜੂਕੇਟਿਡ ਮੀਡਲ ਕਲਾਸ ਜਿਹੜੀ ਹੈਗੀ ਆ ਉਹਨੂੰ ਵੀ ਇਨਫੈਕਟ ਕੀਤਾ ਜਿਹੜੀ ਕਿਸੇ ਪੁਆਇੰਟ ਆਫ ਟਾਈਮ ਦੇ ਉੱਤੇ ਜਿਹੜੀ ਸੀ ਭਾਜਪਾ ਨੂੰ ਇਸ ਕਰਕੇ ਵੋਟ ਪਾਉਂਦੇ ਸੀ ਵੀ ਸਾਨੂੰ ਗਵਰਨੈਂਸ ਚਾਹੀਦੀ ਹੈ ਗਵਰਨੈਂਸ ਵੀ ਐਕਸਪੋਜ਼ ਹੋਈ ਆ ਜਿਸ ਤਰੀਕੇ ਨਾਲ ਅਡਾਨੀ ਦਾ ਮਸਲਾ ਸਾਹਮਣੇ ਆਇਆ ਜਿਸ ਤਰੀਕੇ ਦੇ ਨਾਲ ਹੋਰ ਵੱਡੇ ਵੱਡੇ ਕਾਰੋਬਾਰੀ ਜਿਹੜੇ ਹੈਗੇ ਆ ਉਹਨਾਂ ਨੇ ਸਪੋਰਟ ਕੀਤੀ ਗਈ ਆ ਜਾਂ ਜਿਸ ਤਰੀਕੇ ਨਾਲ ਗਰੀਬ ਤੇ ਅਮੀਰ ਦਾ ਜਿਹੜਾ ਪਾੜਾ ਵਧਿਆ ਮੈਂ ਫਿਰ ਕਹੂੰਗਾ ਕਿ ਕਰਨਾਟਕਾ ਦੀ ਇਲੈਕਸ਼ਨਸ ਨੂੰ ਸਿਰਫ ਕਾਂਗਰਸ ਦੀ ਜਿੱਤ ਦੇ ਤੌਰ ਤੇ ਦੇਖਣਾ ਨਹੀਂ ਚਾਹੀਦਾ ਜਾਂ ਬੀਜੇਪੀ ਦੇ ਹਾਰ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਜਾਂ ਜਨਤਾ ਪਾਰ ਜਿਹੜਾ ਸੈਕੂਲਰ ਸੀ ਉਹਦੇ ਮਾਰਜਨਲਾਈਜੇਸ਼ਨ ਤੇ ਉਹਦੇ ਬਹੁਤ ਸਾਰੇ ਪਰਸਪੈਕਟਿਵ ਹੈਗੇ ਆ ਉਹਦੇ ਬਹੁਤ ਸਾਰੀਆਂ ਜਿਹੜੇ ਆਸਪੈਕਟਸ ਹੈਗੇ ਆ ਜੇ ਉਹਨਾਂ ਨੂੰ ਗੋਹ ਨਾ ਦੇਖਿਆ ਜਾਵੇ ਤੇ ਮੈਂ ਤਾਂ ਬਹੁਤ ਆਸਵੰਦ ਹੈਗਾ ਵੀ ਨੈਕਸਟ ਟਾਈਮ ਪੋਸੀਬਲੀ ਬੀਜੇਪੀ ਜਿਹੜੀ ਹੈਗੀ ਆ ਉਹ ਕਾਫੀ ਜਿਹੜੀ ਉਹ ਮਾਰਜਨਲਾਈਜ਼ ਹੋ ਜੂਗੀ ਜੀ ਮੈਂ ਹਾਂਜੀ ਮੈਂ ਤੁਸੀਂ ਤੁਸੀਂ ਗੱਲ ਅੱਗੇ ਕਰਨਾ ਚਾਹੋ ਮੈਂ ਆਪਣਾ ਸਵਾਲ ਰੱਖ ਦਿੰਦਾ ਪਹਿਲਾਂ ਮੇਰਾ ਆਖਰੀ ਸਵਾਲ ਹੀ ਹੋਏਗਾ ਕਿ ਜਿਵੇਂ ਮੈਂ ਕੇਜਰੀਵਾਲ ਸਾਹਿਬ ਦੀ ਗੱਲ ਕਰ ਰਿਹਾ ਸੀਗਾ ਕਿ ਜੇ ਉਹ ਸਲਾਕਾ ਪਿੱਛੇ ਜਾਂਉਂਦੇ ਨੇ ਤਾਂ ਫਿਰ ਮੁਲਕ ਦੀ ਸਿਆਸਤ ਜਿਹੜੀ ਹੈ ਕਿਉਂਕਿ ਉਹ ਕੌਮੀ ਪਾਰਟੀ ਹੈ ਤੀਜੇ ਨੰਬਰ ਤੇ ਤੇ ਕਿੱਦਾਂ ਦੀ ਹੋਏਗੀ ਦੂਜਾ ਇਹ ਹੈ ਕਿ ਜਿਵੇਂ ਉਹਨਾਂ ਦੇ ਮੰਤਰੀ ਨੇ ਦਿੱਲੀੋਂ ਸਲਾਹ ਦਿੱਤੀ ਕਿ ਤੁਸੀਂ ਦਿੱਲੀ ਤੇ ਪੰਜਾਬ ਚ ਕਾਂਗਰਸ ਵਾਲੇ ਇੱਕ ਪਾਸੇ ਹੋ ਕੇ ਬਹਿ ਜਾਣ ਤਾਂ ਇਹ ਵੀ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਅੰਦਰੂਨੀ ਸਿਆਸਤ ਕੀ ਚੱਲ ਰਹੀ ਹੈ ਇਹ ਹਾਸੋ ਹੀ ਨਹੀਂ ਗੱਲ ਇਹ ਜਿਹੜਾ ਹੈ ਇਹਨਾਂ ਦੇ ਕੇਜਰੀਵਾਲ ਦਾ ਕਾਂਗਰਸ ਵਾਲਿਆਂ ਨੂੰ ਕਹਿਣਾ ਇਹ ਤੋਂ ਵੱਧ ਤੇ ਪੋਲਿਟਿਕਲ ਇਮੈਚੂਰ ਕੋਈ ਗੱਲ ਹੋਈ ਨਹੀਂ ਸਕਦੀ ਉਹ ਹੈ ਨਾ ਤੁਸੀਂ ਕਹੋ ਵੀ ਭਾਈ ਕਿੱਥੇ ਤੁਸੀਂ ਉਹ ਪੰਜਾਬੀ ਚ ਕਹਾਵਤਾ ਕੱਲ ਦੀ ਭੂਤ ਨਹੀਂ ਤੇ ਅੱਜ ਹੋਇਆ ਵਿਆਹ ਹੈ ਨੈਸ਼ਨਲ ਪਾਰਟੀ ਬਣਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਮਾਇਆਵਦੀ ਵੀ ਰਹੀ ਆ ਹੂੰ ਟੀਐਮਸੀ ਵੀ ਰਹੀ ਆ ਐਨਸੀਪੀ ਵੀ ਰਹੀ ਆ ਜਨਤਾਦਰ ਯੂनाइटेड ਵੀ ਰਹੀ ਆਵਾ ਠੀਕ ਆ ਉਹਦੇ ਵਿੱਚ ਉਹਨਾਂ ਨੂੰ ਸਪੇਸ ਮਿਲੀ ਉਹਦੇ ਵਿੱਚੋਂ ਕਰਕੇ ਪਰ ਇਹ ਕਹਿਣਾ ਤੁਸੀਂ ਇਲੈਕਸ਼ਨ ਨਾ ਲੜੋ ਕਿ ਮੈਂ ਤੁਹਾਡੇ ਨਾਲ ਆਉਂਗਾ ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਉਹ ਇਹ ਗੱਲ ਠੀਕ ਆ ਕਿ ਜਿਹੜੇ ਹਲਕਿਆਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਅਲਟੀਮੇਟਲੀ ਹੱਥੇ ਤੋਂ ਤੱਕ ਪਹੁੰਚਣਾ ਹੈ ਹੀ ਇਜ਼ ਦਾ ਹੈਡ ਆਫ ਥੈਟ ਗਵਰਨਮੈਂਟ ਕਸੂਰ ਨਾ ਵੀ ਹੋਵੇ ਬੀਜੇਪੀ ਵਾਲੇ ਆਪਰ ਪਤਾ ਸਾਰਿਆਂ ਨੂੰ ਕਿ ਉਹਨਾਂ ਨੂੰ ਕਿਸੇ ਸੰਸਥਾ ਦੇ ਨਾਲ ਬਹੁਤਾ ਰਿਗਾਰਡ ਨਹੀਂ ਹੈ ਸਪਰੀਮ ਕੋਰਟ ਨੇ ਇੱਕ ਕਨਸਟੀਟਿਊਸ਼ਨ ਡਿਵੀਜ਼ਨ ਬੈਂਚ ਨੇ ਫੈਸਲਾ ਦਿੱਤਾ ਸੀ ਉਹਨਾਂ ਨੂੰ ਮੰਨਣਾ ਚਾਹੀਦਾ ਸੀ ਇਲੈਕਟਿਡ ਗਵਰਨਮੈਂਟ ਕੋ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਪਰ ਕੇਜਰੀਵਾਲ ਕਿਹੜਾ ਬੰਦਾ ਕਿਸ ਨੂੰ ਹੋਰ ਬੰਦਾ ਸਮਝਦਾ ਰਿਹਾ ਇਹ ਤੇ ਆਪਣੇ ਆਪ ਨੂੰ ਕਹਿੰਦਾ ਆ ਵੀ ਬੇਈਮਾਨ ਆ ਉਹ ਵੀ ਬੇਈਮਾਨ ਫਲਾਣਾ ਬੇਈਮਾਨ ਢਿੰਗੜਾ ਬੇਈਮਾਨ ਨਦੀਸ਼ ਪਪੇ ਬੇਈਮਾਨ ਫਲਾਣਾ ਜਿਨ੍ਹਾਂ ਦੇ ਹੁਣ ਦਰਵਾਜ਼ਿਆਂ ਦੀ ਘੰਟੀ ਵਜਾਉਣ ਲੈ ਜਾ ਕੇ ਉੱਥੇ ਉਹਨਾਂ ਨੂੰ ਤੇ 6 ਮਹੀਨੇ ਗਾਲਾਂ ਕੱਢਦੇ ਸੀਗੇ ਉਹਨਾਂ ਨੂੰ ਤੇ ਕਹਿੰਦੇ ਸਭ ਤੋਂ ਘਟੜ ਬੇਈਮਾਨ ਆ ਅਹੀਂ ਘਟੜ ਮਾਨਦਾਰ ਮਾ ਉਹਨਾਂ ਦੇ ਮਗਰ ਫੁੱਲ ਲੈ ਕੇ ਤੁਰੇ ਫਿਰ ਉਹਦੇ ਨਹੀਂ ਕੋਈ ਆਉਂਦੇ ਇਹਨਾਂ ਕੋਲ ਹੂੰ ਕਦੀ ਸੀਪੀਐਮ ਦੇ ਦਰਵਾਜ਼ੇ ਤੇ ਖਲੋਤੇ ਹੁੰਦੇ ਆ ਕਦੀ ਸੀਪੀਆਈ ਤੇ ਖਲੋਤੇ ਆ ਕਦੀ ਮਮਤਾ ਉੱਥੇ ਦੇ ਉੱਥੇ ਗਏ ਹੁੰਦੇ ਆ ਕਦੀ ਨਤੀਸ਼ ਕੁਮਾਰ ਕੋ ਕਦੀ ਤਜੇਸ਼ਵਰੀ ਕੋ ਗਏ ਹੁੰਦੇ ਆ ਜਦੂ ਕੋਲ ਠੀਕ ਜੀ ਤਜਸਵੀ ਜਦੂ ਤਜਸਵੀ ਜਾਰ ਜਾਂ ਜਦੂ ਜਿਹੜਾ ਸੀਗਾ ਕਦੀ ਥੱਲੇ ਸੌਚ ਗਏ ਹੁੰਦੇ ਆ ਹੂੰ ਤੋਂ ਇਸ ਕਰਕੇ ਹਲਕੀ ਰਾਜਨੀਤੀ ਆ ਇਸੇ ਕਰਕੇ ਮੈਂ ਕਹਿੰਨਾ ਵੀ ਬਹੁਤਾ ਲੰਮਾ ਇਹ ਇਹਨਾਂ ਨੇ ਸਸਤੇਨ ਨਹੀਂ ਕਰਨਾ ਆਏ ਸੀ ਠੀਕ ਉਹਦੇ ਵਿੱਚੋਂ ਆਣ ਕੇ ਹੈ ਦੇ ਲੈ ਪ੍ਰਿੰਸੀਪਲ ਲੈ ਕੇ ਹੁਣ ਲੋਕੀ ਕੁਐਸਚਨ ਕਰਦੇ ਆ ਉਹ ਪ੍ਰਿੰਸੀਪਲ ਹੈ ਕਿੱਥੇ ਆ ਪਾਰਟੀ ਤੁਹਾਡੀ ਕਿੱਥੇ ਆ ਪਾਰਟੀ ਦਾ ਢਾਂਚਾ ਕਿੱਥੇ ਆ ਹੂੰ ਕੌਣ ਤੁਹਾਡਾ ਰੋਲ ਮਾਡਲ ਆ ਤੁਹਾਡਾ ਨੈਸ਼ਨਲ ਇਸ਼ੂਸ ਦੇ ਉੱਤੇ ਸਟੈਂਡ ਕੀ ਆ ਆਰਟੀਕਲ 370 ਦੇ ਉੱਤੇ ਤੁਹਾਡਾ ਕੀ ਸਟੈਂਡ ਸੀਗਾ ਹੈ ਕਿਸਾਨਾਂ ਦੇ ਮੁੱਦੇ 'ਤੇ ਤੁਹਾਡਾ ਕੀ ਸਟੈਂਡ ਸੀਗਾ ਹੈ ਪ੍ਰਾਈਵੇਟਾਈਜੇਸ਼ਨ 'ਤੇ ਤੁਹਾਡਾ ਕੀ ਸਟੈਂਡ ਹੈਗਾ ਵਾ ਸਿਰਫ ਇਹ ਨਾਟ ਕਰੀ ਜਾਣਾ ਮੈਂ ਚਾਰ ਸਕੂਲ ਬਣਾਉਂਦੇ ਆ ਮੈਂ ਉਹ ਬਣਾਉਂਦੇ ਆ ਮੈਂ ਢੀਂਗੜਾ ਬਣਾਤਾ ਮੈਂ ਉਹ ਕਰਤਾ ਉਹਦੇ ਨਾਲ ਬਹੁਤਾ ਕੰਮ ਨਹੀਂ ਚੱਲਦਾ ਤੁਸੀਂ ਆਪਣੀ ਵਿਚਾਰਧਾਰਾ ਲੋਕਾਂ ਚ ਲੈ ਕੇ ਜਾਓ ਕਿਹੜੀ ਵਿਚਾਰਧਾਰਾ ਤੁਹਾਡੇ ਕੋਲ ਸੀ ਕਿੱਥੇ ਅੱਜ ਕੱਲ ਉਹ ਅੰਨਾ ਹਜ਼ਾਰੇ ਇਹਨਾਂ ਦਾ ਜਿਹੜਾ ਗੁਰੂ ਸੀਗਾ ਕਿੱਥੇ ਤੁਹਾਡਾ ਢਾਂਚਾ ਕਿੱਥੇ ਚੁਣੇ ਹੋਏ ਨਮਾਇਦੇ ਪਾਰਟੀ ਸਟਰਕਚਰ ਕਿੱਥੇ ਆ ਪਾਰਲੀਮੈਂਟਰੀ ਨਿਜ਼ਾਮ ਦੇ ਵਿੱਚ ਸੁਖਵਿੰਦਰ ਜੀ ਪਾਰਟੀ ਦਾ ਤਗੜੇ ਹੋਣਾ ਬਹੁਤ ਜ਼ਰੂਰੀ ਕਾਂਗਰਸ ਕਿਉਂ ਮਰੀ ਆ ਕਾਂਗਰਸ ਨਾ ਮਾਸਾ ਮਾਰ ਰਾ ਚ ਰਹੀ ਆ ਪਾਰਟੀ ਨੂੰ ਲਾਂਬੇ ਕਰਦਾ ਸਾਰੇ ਬੰਦੇ ਜਿਹੜੇ ਸੀਗੇ ਉਹ ਐਮਐਲਏ ਬਣਨਾ ਚਾਹੁੰਦੇ ਸੀ ਮੰਤਰੀ ਬਣਨਾ ਚਾਹੁੰਦੇ ਸੀ ਉਹ ਦੂਹਰੇ ਨੂੰ ਜਿਹੜਾ ਉਹ ਦੇਤਾ ਤੋਂ ਪਾਰਟੀ ਦਾ ਕੰਮ ਵੇਖ ਲੈ ਕੋਈ ਇੰਟਰਸਟ ਹੀ ਨਹੀਂ ਸੀ ਹੈਗਾ ਇਹਦੀ ਪਾਰਟੀ ਕਿੱਥੇ ਆ ਅੱਜ ਪਿੰਡ ਚੋਂ ਦੀ 500 ਬੰਦਾ ਜਿਹੜਾ ਹੈਗਾ ਸੀ ਉਹ ਭਰਤੀ ਹੋ ਗਿਆ ਜੀ 200 ਬੰਦਾ ਹੋ ਗਿਆ ਇਦਾਂ ਪਾਰਟੀਆਂ ਬਣਦੀਆਂ ਜਦ ਕ੍ਰੈਡੀਬਿਲਟੀ ਕੀ ਆ ਕਿਹੜਾ ਇਹ ਤੇ ਵਿਸ਼ਵਾਸ ਕਰੂਗਾ ਜਿਹੜਾ ਬੰਦਾ ਫ੍ਰੀਕ ਹੋਲੀ ਔਰ ਸਭ ਨੂੰ ਪਤਾ ਨੇ ਦੀ ਹਾਲਤ ਬਹੁਤ ਪਤਲੀ ਆ ਦਿੱਲੀ ਚ ਬਹੁਤ ਹਾਲਤ ਪਤਲੀ ਆ ਕੱਲੋ ਕਿਤੇ ਇਦਾਂ ਦਾ ਥੋੜਾ ਬੋੜਾ ਤੁਹਾਡੇ ਪੰਜਾਬ ਵਾਲੇ ਪਾਸੇ ਨੂੰ ਚੱਲ ਪਿਆ ਤੇ ਇਹ ਤਾਂ ਹਾਊਸ ਆਫ ਕਾਰਡ ਦਾ ਲੈ ਕੰਮ ਜਿਨੇ ਚ ਚੱਲੀ ਜਾਂਦੇ ਚਲਾਈ ਜਾਂ। ਤੋਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੇਜਰੀਵਾਲ ਜਿਹੜਾ ਹੈਗਾ ਵਾ ਉਹ ਕੋ ਬਹੁਤ ਵੱਡੀ ਜਿਹੜਾ ਪੋਲਿਟਿਕਲ ਜਿਹੜੇ ਕੈਨਨ ਜਿਹੜੀ ਹੁੰਦੀ ਆ ਉਹ ਬਣ ਕੇ ਜਿਹੜਾ ਨੈਸ਼ਨਲ ਸੀਨ ਤੇ ਮਰ ਜਾ ਉਹ ਸੁਪਨੇ ਲੈ ਰਹੇ ਆ ਸੁਪਨੇ ਲੈਣ ਚ ਕੋਈ ਹਰਜ ਨਹੀਂ ਹੈਗਾ ਕਿ ਸੁਪਨੇ ਲੈ ਰਹੇ ਆ ਕਿ ਅਸੀਂ ਪ੍ਰਧਾਨ ਮੰਤਰੀ ਦੇ ਵੀ ਸੁਪਨੇ ਲੈ ਰਹੇ ਆ ਲੋਕਾਂ ਨੂੰ ਕਹਿੰਦੇ ਆ ਜੀ ਪ੍ਰਾਈਮ ਮਿਨਿਸਟਰ ਕਿੰਨਾ ਪੜਿਆ ਲਿਖਿਆ ਵਾ ਕਦੀ ਆਪਣੇ ਆਪ ਤੇ ਵੇਖ ਲਿਆ ਕਰਨ ਬਈ ਜਿਹੜਾ ਤੁਹਾਡਾ ਮੁੱਖ ਮੰਤਰੀ ਆ ਉਹਨੇ ਕਿੱਥੋਂ ਕੀਤੀ ਆ ਜਿਹੜੀ ਆਪਣੇ ਕਿਹੜੀ ਯੂਨੀਵਰਸਿਟੀ ਤੋਂ ਜਿਹੜੀ ਹੈਗੀ ਉਹ ਪੜ੍ਹ ਕੇ ਆ ਮੇਰਾ ਕਹਿਣ ਤੋਂ ਭਾਵੇਂ ਇਹ ਹੈਗਾ ਮੈਂ ਨਹੀਂ ਇਹ ਕਹਿਣਾ ਚਾਹੁੰਦਾ ਵੀ ਕਿੰਨਾ ਕੋਈ ਪੜ੍ਹਿਆ ਨਹੀਂ ਪੜ੍ਹਿਆ ਪਰ ਕਿਸੇ ਨੂੰ ਵੀ ਕੁਝ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਛੋਟਾ ਜ਼ਰੂਰ ਮਾਨਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਪੜ੍ਹੇ ਲਿਖੇ ਬਹੁਤ ਚੰਗੇ ਹੁੰਦੇ ਪੜ੍ਹੇ ਲਿਖੇ ਬੇਈਮਾਨ ਵੀ ਬਹੁਤ ਹੁੰਦੇ ਆ ਅਨਪੜ੍ਹ ਚੰਗੇ ਵੀ ਹੁੰਦੇ ਆ ਪਰ ਇਹ ਜ਼ਰੂਰ ਹੁੰਦਾ ਵੀ ਜੇ ਕੋਈ ਢੰਗ ਦਾ ਪੜ੍ਹਿਆ ਹੋਵੇ ਉਹਦਾ ਕੋਈ ਵਿਜ਼ਨ ਹੁੰਦਾ ਹੂੰ ਉਹਦੀ ਕੋਈ ਜਿਹੜੀ ਇੱਕ ਆਪਣਾ ਜਿਹ ਕਟੋ-ਕਟ ਸਮਝ ਹੁੰਦੀ ਆ ਉਹ ਸਮਝ ਜਿਹੜੀ ਹੁੰਦੀ ਆ ਉਹ ਇੱਧਰ ਉਧਰ ਦੀਆਂ ਗੱਲਾਂ ਤੇ ਨਹੀਂ ਹੁੰਦੀ ਉਹ ਸਮਝ ਬ੍ਰਾਡਰ ਪਰਸਪੈਕਟਿਵ ਹੁੰਦਾ ਉਹੋ ਜੀ ਸਮਝ ਜਿਹੜੀ ਹੈਗੀ ਆ ਉਹ ਤੁਹਾਨੂੰ 25 ਸਾਲਾ ਪ੍ਰੋਗਰਾਮ ਬਣਾਉਣ ਵਾਸਤੇ ਜਾਂ 10 ਸਾਲਾ ਪ੍ਰੋਗਰਾਮ ਬਣਾਉਣ ਵਾਸਤੇ ਬਹੁਤ ਕੰਮ ਆਉਂਦੀ ਆ ਬਾਕੀ ਤੇ ਜੋ ਹਵਾ ਹੀ ਤੁਸੀਂ ਕਰੀ ਚਲੋ ਚੱਲਦਾ ਹੀ ਆ ਸਾਰਾ ਕੁਝ ਬਿਲਕੁਲ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਥੈਂਕ ਯੂ ਮੇਰੇ ਨਾਲ ਮੌਜੂਦ ਸਰੋਗੇ ਸਿਆਸੀ ਮਾਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਜੀ ਅਸੀਂ ਗੱਲਬਾਤ ਪੰਜਾਬ ਤੇ ਮੁਲਕ ਦੇ ਸਿਆਸੀ ਹਾਲਾਤਾਂ ਨੂੰ ਲੈ ਕੇ ਕੀਤੀ ਹੈ ਗੱਲ ਇਹ ਆ ਮੁੱਖ ਦੀ ਕਿ ਬਦਲਵੇਂ ਹਾਲਾਤਾਂ ਦੇ ਵਿੱਚ ਜਦੋਂ ਲੋਕਾਂ ਨੇ ਬਦਲਾ ਲਿਆਂਦਾ ਤੇ ਅੱਜ ਵੀ ਉਹ ਦੁਬਾਰਾ ਕਿਉਂ ਤਵੱਕੋ ਕਰਦੇ ਨੇ ਇਸੇ ਲਈ ਕਿ ਉਹ ਬਦਲਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਪਾਵਰ ਦੀ ਗੱਲ ਨਹੀਂ ਸੀ ਗੱਲ ਇਹ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਿਆਸਤ 'ਚ ਬਦਲਾ ਆਵੇ ਲੋਕਾਂ ਦੇ ਮੁੱਦਿਆਂ ਦਾ ਹੱਲ ਹੋਵੇ ਜਿਵੇਂ ਜਾ ਕੇ ਤੁਸੀਂ ਲੋਕਾਂ ਦੇ ਅੱਗੇ ਤਰਲੇ ਕਰਦੇ ਹੋ ਕਿ ਸਾਨੂੰ ਵੋਟਾਂ ਪਾ ਦਿਓ ਜੇ ਕਿਤੇ ਉਹਨਾਂ ਦੇ ਅੱਗੇ ਇਹ ਵੀ ਦਰਲਾ ਪਾਓ ਕਿ ਅਸੀਂ ਤੁਹਾਡੇ ਜਵਾਕਾਂ ਨੂੰ ਬਾਹਰ ਜਾਣ ਤੋਂ ਰੋਕਾਂਗੇ ਅਸੀਂ ਇੱਥੇ ਰੋਜ਼ਗਾਰ ਕਿਸ ਢੰਗ ਦਾ ਪੈਦਾ ਕਰਾਂਗੇ ਇੱਕ ਵਿਸ਼ਵਾਸ ਇੱਕ ਭਰੋਸੇਯੋਗਤਾ ਇੱਕ ਸੁਰੱਖਿਆ ਦੀ ਭਾਵਨਾ ਜਿਉ ਸਾਰਾ ਕੁਝ ਉਹਨਾਂ ਨੂੰ ਦਿਓਗੇ ਤੇ ਲੋਕ ਆਪਣੇ ਆ ਮਹਿਸੂਸ ਕਰਨਗੇ ਕਿ ਵਾਕਈ ਪੰਜਾਬ ਦੇ ਵਿੱਚ ਕੋਈ ਬਦਲਾ ਆਇਆ ਤੇ ਇਹ ਬਦਲਾ ਮੁਲਕ ਭਰ ਦੇ ਵਿੱਚ ਹੋਣਾ ਚਾਹੀਦਾ ਤੇ ਜਦੋਂ ਉਸ ਬਦਲਾ ਦੇ ਉੱਤੇ ਸਵਾਲ ਉੱਠਦੇ ਨੇ ਤਾਂ ਯਕੀਨਨ ਤੌਰ ਦੇ ਉੱਤੇ ਲੋਕਾਂ ਦਾ ਜਿਹੜਾ ਭਰੋਸਾ ਵੀ ਉੱਟਦਾ ਹੈ ਕਿ ਆਖਿਰਕਾਰ ਵਾਪਰ ਕੀ ਰਿਹਾ ਦੱਸਣਾ ਨਹੀਂ ਪੈਂਦਾ ਘਟਨਾਵਾਂ ਜਿਹੜੀਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਜਾਂ ਜੋ ਸਾਡੇ ਤੁਹਾਡੇ ਦੇ ਕੋਲ ਫੀਡਬੈਕ ਆਉਂਦੀ ਹੈ ਉਹ ਬਹੁਤ ਕੁਝ ਸਪਸ਼ਟ ਕਰਦੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ